ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ 12ਵੀਂ ਸ਼੍ਰੇਣੀ ਦੇ ਲਈ ਪੰਜਾਬੀ ਲਾਜ਼ਮੀ ਪੰਜਾਬੀ ਜਰਨਲ ਦਾ ਜਿਹੜੇ ਕਿ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆ ਜਿਹੜਾ ਕਿ PSCB ਸਾਈਟ ਤੋਂ ਜਿਹੜੇ ਕਿ ਜਾਰੀ ਕੀਤਾ ਹੋਇਆ ਮਾਡਲ ਟੈਸਟ ਪੇਪਰ ਆ ਸੋ ਇਸ ਦਾ ਆਪਾਂ ਫੁੱਲ ਸੋਲੂਸ਼ਨ ਕਰਾਂਗੇ ਅਨਸਾਰ ਤੁਹਾਡੇ ਜਿਹੜੇ ਪੱਤਰ ਠੀਕ ਹੈ ਤੁਹਾਡੇ ਗ੍ਰਾਮਰ ਪੋਰਸ਼ਨ ਸਭ ਕੁਝ ਆਪਾਂ ਕੁਐਸਚਨ ਆਨਸਰ ਸਭ ਕੁਝ ਇਸ ਵੀਡੀਓ ਚ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਵਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਸਟੂਡੈਂਟਸ ਇਹ ਨਮੂਨੇ ਦਾ ਪ੍ਰਸ਼ਨ ਪੱਤਰ ਹੈ ਸੈਂਪਲ ਪੇਪਰ ਹੈ ਠੀਕ ਹੈ ਮਾਡਲ ਟੈਸਟ ਪੇਪਰ ਹੈਗਾ ਇਹ ਠੀਕ ਹੈ ਮਾਡਲ ਟੈਸਟ ਪੇਪਰ ਹੈ ਤੁਹਾਡੀ ਰਿਵੀਜ਼ਨ ਦੇ ਲਈ ਹਾਂਜੀ 5 ਮਾਰਕਸ ਤੁਹਾਡੇ ਹੈਗੇ ਨੇ ਗੁੱਡ ਹੈਂਡਰਾਈਟਿੰਗ ਤੇ ਤੁਹਾਡਾ ਪੇਪਰ ਨੀਟ ਐਂਡ ਕਲੀਨ ਹੋਣਾ ਚਾਹੀਦਾ ਠੀਕ ਹੈ ਤੁਹਾਨੂੰ ਹੈਂਡਰਾਈਟਿੰਗ ਐਂਡ ਵਧੀਆ ਢੰਗ ਨਾਲ ਹੋ ਕੀਤੀ ਹੋਣੀ ਚਾਹੀਦੀ ਤਾਂ 5 ਮਾਰਕਸ ਮਿਲਣਗੇ ਹਾਂਜੀ ਧੰਨ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਛੋਟੇ ਕੁਐਸਚਨ ਆਨਸਰ ਹਾਂਜੀ ਫਰਸਟ ਹੈ ਆਪਣਾ ਦੇਸ਼ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਹਾਂਜੀ ਆਪਣਾ ਦੇਸ਼ ਕਹਾਣੀ ਪਹਿਲ ਤਾਂ ਤੁਹਾਨੂੰ ਹਰ ਇੱਕ ਜਿਹੜੀ ਕਹਾਣੀ ਉਹਦੇ ਰਾਈਟਰ ਨੇਮ ਜ਼ਰੂਰ ਯਾਦ ਹੋਣੇ ਚਾਹੀਦੇ ਨੇ ਵੀ ਕਿਹੜੀ ਕਹਾਣੀ ਕਿਸ ਰਾਈਟਰ ਦੀ ਹੈ ਤੇ ਰਾਈਟਰ ਦੇ ਨੇਮ ਤੋਂ ਵੀ ਕਈ ਵਾਰ ਕਹਾਣੀ ਦਾ ਨਾਮ ਪੁੱਛ ਲੈਂਦੇ ਨੇ ਐਵੇਂ ਕਵਤਾ ਵੀ ਤੇ ਚੈਪਟਰ ਵੀ ਠੀਕ ਹੈ ਇਹ ਤੁਹਾਨੂੰ ਪੱਕਾ ਯਾਦ ਹੋਣੇ ਚਾਹੀਦੇ ਨੇ ਜਿਵੇਂ ਹੁਣ ਮੈਂ ਤੁਹਾਨੂੰ ਫਿਰ ਕਹਾਣੀਆਂ ਦੱਸਦੀਆਂ ਪਹਿਲਾਂ ਮੈਂ ਸਾਰੀਆਂ ਕਹਾਣੀਆਂ ਫਿਰ ਉਹਨਾਂ ਦੇ ਸਾਰੇ ਪਾਤਰ ਵੀ ਦੱਸ ਦਿੰਨੇ ਕਿਉਂਕਿ ਨਾਲ ਤੁਹਾਨੂੰ ਰਿਲੇਟਡ ਕੁਐਸਚਨਸ ਵੀ ਯਾਦ ਹੋਣੇ ਚਾਹੀਦੇ ਨੇ ਜਿਵੇਂ ਕਿ ਆਪਣਾ ਦੇਸ਼ ਕਹਾਣੀ ਆਪਣਾ ਦੇਸ਼ ਕਹਾਣੀ ਹੈ ਕਿਸ ਦੀ ਹੈ ਸੰਤੋਖ ਸਿੰਘ ਧੀਰਦੀਆ ਤੇ ਇੱਕ ਟ੍ਰਿਕ ਦੇ ਰਾਹੀਂ ਮੈਂ ਸਾਰਾ ਪੋਰਸ਼ਨ ਯਾਦ ਕਰਨ ਦੀ ਇੱਕ ਵੀਡੀਓ ਬਣਾਈ ਹੋਈ ਹੈ ਵੀ ਕਿਵੇਂ ਤੁਸੀਂ ਕਵਤਾ ਪਾ ਵੀ ਯਾਦ ਤੇ ਰਾਈਟਰ ਨੇਮ ਯਾਦ ਕਰਨੇ ਨੇ ਹਨਾ ਕਵੀਆਂ ਦਾ ਨਾਮ ਕਿਵੇਂ ਕਹਾਣੀਕਾਰਾਂ ਦਾ ਨਾਮ ਯਾਦ ਕਰਨੇ ਨੇ ਕਿਵੇਂ ਲੇਖਕਾਂ ਦਾ ਨਾਮ ਯਾਦ ਕਰਨੇ ਉਹ ਵੀਡੀਓ ਜ਼ਰੂਰ ਵਾਚ ਕਰ ਸਕਦੇ ਹੋ ਤੁਸੀਂ ਆਪਣਾ ਦੇਸ਼ ਕਹਾਣੀ ਹੈਗੇ ਸੰਤੋਖ ਸਿੰਘ ਧੀਰਦੀ ਸੰਤੋਖ ਸਿੰਘ ਧੀਰ ਠੀਕ ਹੈ ਸੰਤੋਖ ਸਿੰਘ ਧੀਰ ਦੀ ਇਹ ਕਹਾਣੀ ਹੈ ਜਿਸ ਦੇ ਵਿੱਚ ਮੁੱਖ ਪਾਤਰ ਹੁੰਦਾ ਨਰਿੰਜਨ ਸਿੰਘ ਮੁੱਖ ਪਾਤਰ ਇਸ ਦੇ ਵਿੱਚ ਨਰਿੰਜਨ ਸਿੰਘ ਹੈ ਤੇ ਬਾਕੀ ਇਹਦੇ ਹੋਰ ਪਾਤਰ ਹੈਗੇ ਨੇ ਹੈਰੀ ਤੇ ਗੈਰੀ ਠੀਕ ਹੈ ਹੈਰੀ ਤੇ ਗੈਰੀ ਨਰਿੰਜਨ ਸਿੰਘ ਦੇ ਦੋਨੋਂ ਬੇਟੇ ਨੇ ਇਹ ਹਰਿੰਦਰ ਤੇ ਗੁਰਿੰਦਰ ਤੇ ਜਿਹੜੇ ਪਹਿਲਾਂ ਅਧਿਆਪਕ ਹੁੰਦੇ ਨੇ ਤੇ ਬਾਅਦ ਦੇ ਵਿੱਚ ਨਰਿੰਜਨ ਸਿੰਘ ਪੰਜਾਬ ਦੇ ਵਿੱਚ ਤਾਂ ਅਧਿਆਪਕ ਲੱਗੇ ਹੋ ਹੁੰਦੇ ਨੇ ਮੋਗੇਵਾਲ ਪਿੰਡ ਹੁੰਦਾ ਫਿਰ ਉਹ ਜਿਹੜੇ ਕਿ ਪੰਜਾਬ ਤੋਂ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਸੈਟਲ ਹੋ ਜਾਂਦੇ ਨੇ ਠੀਕ ਹੈ ਤੇ ਸਟੂਡੈਂਟਸ ਕਈ ਵਾਰ ਇਸ ਕਹਾਣੀ ਤੋਂ ਇਹ ਵੀ ਕੁਐਸਚਨ ਪੁੱਛ ਲੈਂਦੇ ਹੁੰਦੇ ਨੇ ਕਿ ਆਪਣਾ ਦੇਸ਼ ਕਹਾਣੀ ਦੇ ਵਿੱਚ ਕਿੰਨੇ ਪਾਤਰ ਕੈਨੇਡਾ ਦੇ ਰਹਿਣ ਵਾਲੇ ਨੇ ਤਾਂ ਤਿੰਨੇ ਆਉਣਗੇ ਕਿਉਂਕਿ ਨਰਿੰਜਨ ਸਿੰਘ ਪਹਿਲਾਂ ਪੰਜਾਬ ਦੇ ਵਿੱਚ ਰਹਿੰਦਾ ਸੀ ਬਾਅਦ ਵਿੱਚ ਇਹ ਜਿਹੜੇ ਕਿ ਕੈਨੇਡਾ ਚਲਾ ਜਾਂਦਾ ਠੀਕ ਹੈ ਤੇ ਹਰਿੰਦਰ ਤੇ ਗੁਰਿੰਦਰ ਦਾ ਪਿਤਾ ਕੌਣ ਆ ਨਰਿੰਜਨ ਸਿੰਘ ਤੇ ਐਵੇਂ ਮੈਂ ਤੁਹਾਨੂੰ ਬਾਕੀ ਕਹਾਣੀ ਦਾ ਦੱਸ ਦੇ ਜਿਵੇਂ ਸਾਂਝ ਕਹਾਣੀ ਹੈਗੇ ਸਾਂਝ ਕਹਾਣੀ ਸੁਜਾਨ ਸਿੰਘ ਦੀਆਂ ਸਾਂਝ ਕਹਾਣੀ ਹੈਗੇ ਸੁਜਾਨ ਸਿੰਘ ਠੀਕ ਹੈ ਸਾਂਝ ਕਹਾਣੀ ਹੈਗੇ ਸੁਜਾਨ ਸਿੰਘ ਦੀ ਮੁੱਖ ਪਾਤਰ ਇਹ ਚ ਹੈਗਾ ਪ੍ਰੋਫੈਸਰ ਐਮ ਐਲ ਮਲਹੋਤਰਾ ਮੁੱਖ ਪਾਤਰ ਕੌਣ ਹੈ ਚ ਪ੍ਰੋਫੈਸਰ ਐਮ ਐਲ ਮਲਹੋਤਰਾ ਸਾਂਝ ਕਹਾਣੀ ਦੇ ਵਿੱਚ ਹੈ ਜਿਸ ਦੇ ਵਿੱਚ ਐਮ ਐਲ ਐਸ ਮਲਹੋਤਰਾ ਜਿਹੜੇ ਕਿ ਪ੍ਰੋਫੈਸਰ ਲੱਗਾ ਹੋ ਹੁੰਦਾ ਠੀਕ ਹੈ ਤੇ ਲਾਲ ਚੀਰੇ ਵਾਲਾ ਹੁੰਦਾ ਬੁੱਢੀ ਮਾਈ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡੀ ਅੱਗੇ ਨੀਲੀ ਕਹਾਣੀਆਂ ਨੀਲੀ ਕਹਾਣੀ ਨੀਲੀ ਕਹਾਣੀ ਚ ਮੁੱਖ ਪਾਤਰ ਹੈਗੀ ਹੈ ਨੀਲੀ ਗਾਂ ਠੀਕ ਹੈ ਨੀਲੀ ਗਾਂ ਇਸ ਚ ਮੁੱਖ ਪਾਤਰ ਆ ਤੇ ਮੈਂ ਪਾਤਰ ਵੀ ਇਹਦੇ ਵਿੱਚ ਤੇ ਗਵਾਲਾ ਠੀਕ ਹੈ ਜਿਹੜਾ ਵਪਾਰ ਕਰੂਚੀ ਵਾਲਾ ਹੁੰਦਾ ਗਪਾਲਾ ਇਹਦੇ ਵਿੱਚ ਇਹ ਯਾਰ ਰੱਖਣੇ ਨੇ ਨੀਲੀ ਕਹਾਣੀਆਂ ਹੈਗੇ ਕਰਤਾਰ ਸਿੰਘ ਦੁੱਗਲ ਦੀ ਕਰਤਾਰ ਸਿੰਘ ਦੁੱਗਲ ਦੀ ਇਹ ਨੀਲੀ ਕਹਾਣੀਆਂ ਕਰਤਾਰ ਸਿੰਘ ਦੁੱਗਲ ਦੀ ਠੀਕ ਹੈ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਅਗਲੀ ਕਹਾਣੀ ਹੈਗੀ ਆਪਣਾ ਮਾੜਾ ਬੰਦਾ ਮਾੜਾ ਬੰਦਾ ਕਹਾਣੀ ਦੇ ਵਿੱਚ ਰਿਕਸ਼ੇ ਵਾਲਾ ਹੁੰਦਾ ਠੀਕ ਹੈ ਕਹਾਣੀਕਾਰ ਕਹਾਣੀਕਾਰ ਦੀ ਪਤਨੀ ਹੁੰਦੀ ਆ ਤੇ ਇਸ ਦੇ ਵਿੱਚ ਜੇ ਪੁੱਛਿਆ ਜਾਵੇ ਕੋਈ ਕੁਐਸਚਨ ਕਿੰবার ਆਉਣਾ ਕਿ ਮਾੜਾ ਬੰਦਾ ਨਾਲ ਛੁਪਾਉਣਾ ਤੋਂ ਅਨਸਰ ਕੋਈ ਵੀ ਨਹੀਂ ਟਿਕ ਕਰਨਾ ਹੁੰਦਾ ਤੇ ਮਾੜਾ ਬੰਦਾ ਕਹਾਣੀ ਹੈਗੀ ਆ ਪ੍ਰੇਮ ਪ੍ਰਕਾਸ਼ ਦੀ ਪ੍ਰੇਮ ਪ੍ਰਕਾਸ਼ ਪ੍ਰੇਮ ਪ੍ਰਕਾਸ਼ ਦੀ ਇੱਕ ਕਹਾਣੀ ਹੈ ਤੇ ਇਸ ਦੇ ਵਿੱਚ ਜਿਹੜਾ ਕਿ ਰਿਕਸ਼ੇ ਵਾਲਾ ਕਿੰਨਰ ਪੈ ਮੰਗਦਾ ਉਹ 3 ਰੁਪਏ ਮੰਗਦਾ ਠੀਕ ਹੈ ਰਿਕਸ਼ੇ ਵਾਲਾ 3 ਰੁਪਏ ਦੀ ਡਿਮਾਂਡ ਰੱਖਦਾ ਪਰ ਪਹਿਲਾਂ ਤਾਂ ਇਹ ਕਿੰਨੇ ਹੋਏ ਸੀ 2 ਰੁਪਏ ਠੀਕ ਹੈ ਫਿਰ ਉਹ ਕਿੰਨੇ ਰੁਪਏ ਪਿੰਗਲ ਵਾਲੇ ਨੂੰ ਦੇਣ ਲਈ ਕਹਿੰਦੇ ਨੇ 3 ਰੁਪਏ ਬਾਅਦ ਦੇ ਵਿੱਚ ਠੀਕ ਹੈ ਤੇ ਇਸ ਕਹਾਣੀ ਦੇ ਵਿੱਚ ਜਿਹੜਾ ਕਹਾਣੀਕਾਰ ਉਹ ਇਮੇਜ ਤੇ ਬੈਠ ਕੇ ਜਿਹੜੇ ਕਿ ਚਿੱਠੀ ਲਿਖ ਰਿਹਾ ਹੁੰਦਾ ਆਪਣੇ ਭੂਆ ਦੇ ਪੁੱਤ ਨੂੰ ਠੀਕ ਹੈ ਇਹ ਕੁਐਸਚਨਸ ਨੇ ਜਿਹੜੇ ਪੁੱਛਲੇ ਜਾਂਦੇ ਹੁੰਦੇ ਨੇ ਹਾਂਜੀ ਤੇ ਉਸ ਤੋਂ ਬਾਅਦ ਅਗਲੀ ਕਹਾਣੀ ਹੈਗੀ ਕਰਜਾ ਆਪਣੇ ਕਰਜਾ ਆਪਣੇ ਕਰਜਾ ਆਪਣੇ ਇਹ ਹੈਗੇ ਗੁਲਜਾਰ ਸਿੰਘ ਸੰਤੂ ਦੀ ਗੁਲਜਾਰ ਸਿੰਘ ਸੰਧੂ ਦੀ ਜਿਹੜੀ ਕਿ ਇਹ ਕਹਾਣੀ ਹੈ ਠੀਕ ਹੈ ਜਿਸ ਦੇ ਵਿੱਚ ਜਿੱਤੋ ਪਾਤਰ ਹੁੰਦੀ ਹੈ ਤੇ ਜਿੱਤੋ ਆਪਣੇ ਵੀਰ ਤੋਂ ਜਿਹੜੇ ਕਿ ਅ 8-9 ਸਾਲ ਜਿਹੜੇ ਕਿ 8-10 ਸਾਲ 8-10 ਸਾਲ ਜਿਹੜੇ ਕਿ ਛੋਟੇ ਹੁੰਦੀ ਹੈ ਤੇ ਜਿੱਤੋ ਦੀ ਉਮਰ ਜਿਹੜੀ ਕਿ 17 ਸਾਲ ਦੀ ਹੁੰਦੀ ਹੈ ਠੀਕ ਹੈ ਜਿਸ ਦਾ ਵਿਆਹ ਰੱਖ ਲੈਂਦੇ ਨੇ ਤੇ ਜਿੱਤੋ ਦਾ ਵੱਡਾ ਵੀਰ ਉਹ ਜਿਹੜਾ ਵਿਆਹ ਨਹੀਂ ਮੰਨਦਾ ਹੁੰਦਾ ਫਿਰ ਜਿੱਤੋ ਦਾ ਵਿਆਹ ਰੱਖ ਲੈਂਦੇ ਨੇ ਠੀਕ ਹੈ ਤੇ ਇਸ ਦੇ ਵਿੱਚ ਨਿਮਨ ਸੁ ਅੱਖਰ ਖਵਨ ਗੁਣ ਸ਼ਲੋਕ ਇਸ ਦੇ ਰਚਨਾ ਇਹ ਸ਼ੇਖ ਫਰੀਦੀ ਦੀ ਰਚਨਾ ਠੀਕ ਹੈ ਤੇ ਇਸ ਦੇ ਵਿੱਚ ਇਹੀ ਪਾਤਰ ਨੇ ਜਿੱਤੋ ਜਿੱਤੋ ਦਾ ਵੀਰ ਜਿੱਤੋ ਦੀ ਸਹੇਲੀ ਜਿੱਤੋ ਦੇ ਮਾਪਿਓ ਠੀਕ ਹੈ ਜਿੱਤੋ ਦੇ ਆ ਤਾਏ ਚਾਚੇ ਇਹ ਇਸ ਦੇ ਵਿੱਚ ਪਾਤਰ ਨੇ ਪਾਈ ਤੇ ਗਵਈਆ ਅ ਇਸ ਦੇ ਵਿੱਚ ਅਗਲੀ ਕਹਾਣੀ ਹੈਗੀ ਆਪਣੀ ਸਤਿਆ ਸਹੀ ਸਤਿਆ ਸਹੀ ਠੀਕ ਹੈ ਸਤਿਆ ਸਹੀ ਸਤਿਆ ਸਹੀ ਕਹਾਣੀ ਹੈਗੀ ਦਲੀਪ ਕੌਰ ਟਿਵਾਣਾ ਦੀ ਦਲੀਪ ਕੌਰ ਟਿਵਾਣਾ ਦੀ ਇਸ ਦੇ ਵਿੱਚ ਪਾਤਰ ਹੁੰਦੇ ਨੇ ਅੰਨਾ ਮੰਗਤਾ ਠੀਕ ਹੈ ਮੈਂ ਪਾਤਰ ਕਹਾਣੀਕਾਰ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਠੀਕ ਹੈ ਸ਼ੇਰਪਖ ਸਿੰਘ ਦੀ ਮੰਗੇਤਰ ਮੈਂ ਪਾਤਰ ਕਹਾਣੀਕਾਰ ਤੇ ਅੰਨਾ ਮੰਗਦਾ ਅੰਨਾ ਮੰਗਦਾ ਜਿਹੜੇ ਕਿ ਗੀਤ ਗਾ ਰਿਹਾ ਹੁੰਦਾ ਗੱਡੀ ਦੇ ਵਿੱਚ ਠੀਕ ਹੈ ਸਟੇਸ਼ਨ ਤੇ ਗੱਡੀ ਵਿੱਚ ਸਟੇਸ਼ਨ ਉੱਤੇ ਗੀਤ ਗਾ ਰਿਹਾ ਹੁੰਦਾ ਵੀ ਜਦੋਂ ਪੀਰ ਭਗਤ ਵੀਰ ਭਗਤ ਸਿੰਘ ਦਤਨ ਇਹ ਗੀਤ ਗਾ ਰਿਹਾ ਹੁੰਦਾ ਹੋ ਤੇ ਇਸ ਕਹਾਣੀ ਦੇ ਘਟਨਾਵਾਂ ਜਿਹੜੇ ਕਿ ਗੱਡੀ ਦੇ ਵਿੱਚ ਮੈਂ ਪਾਤਰ ਦੀ ਕਲਪਨਾ ਦੇ ਵਿੱਚ ਬਾਤ ਕਰਦੀਆਂ ਨੇ ਮਤਲਬ ਕਿ ਸਾਰੀਆਂ ਇਹ ਕਲਪਨਾ ਦੇ ਵਿੱਚ ਬਾਤ ਵਾਪਰੀਆਂ ਹੋਈਆਂ ਘਟਨਾਵਾਂ ਦੇ ਵੀਰਵਾਇ ਦੇ ਵਿੱਚ ਦੇ ਰੱਖਿਆ ਤੇ ਇਸ ਵਿੱਚ ਮੁੱਖ ਪਾਤਰ ਹੈਗੇ ਆ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਸੱਤਿਆ ਸਹੀ ਕਹਾਣੀ ਦੇ ਵਿੱਚ ਮੁੱਖ ਪਾਤਰ ਸ਼ਹੀਦ ਭਗਤ ਸਿੰਘ ਦੀ ਮੰਗੇਤਰ ਕਰ ਜਾ ਆਪਣੇ ਚ ਜਿੱਤੋ ਹੋਊਗੀ ਠੀਕ ਹੈ ਤੇ ਆਪਣਾ ਦੇਸ਼ ਚ ਮੈਂ ਤੁਹਾਨੂੰ ਨਰਜਨ ਸਿੰਘ ਦੱਸਦਾ ਨੀਲੀ ਗਾਂ ਦੇ ਵਿੱਚ ਨੀਲੀ ਨੀਲੀ ਹੋਗੇ ਮੁੱਖ ਪਾਤਰ ਤੇ ਸਾਂਝ ਕਹਾਣੀ ਚ ਮੁੱਖ ਪਾਤਰ ਹੈਗਾ ਜਿਹੜੇ ਕਿ ਇਸ ਦੇ ਵਿੱਚ ਸਾਂਝ ਕਹਾਣੀ ਸੁਜਾਨ ਸਿੰਘ ਦੇ ਮੁੱਖ ਪਾਤਰ ਹੈਗਾ ਪ੍ਰੋਫੈਸਰ ਐਮ ਐਲ ਮਲਹੋਤਰਾ ਹਾਂਜੀ ਜਿਵੇਂ ਹੁਣ ਦੇਖੋ ਅਗਲਾ ਹੀ ਕੁਐਸਚਨ ਇਹਨਾਂ ਨੂੰ ਪੁੱਛ ਲਿਆ ਦਲੀਪ ਕੌਟੀ ਵਣਦੀ ਕਿਹੜੀ ਕਹਾਣੀ ਤੁਹਾਡੀ ਪੰਜਾਬੀ ਪਾਠ ਪੁਸਤਕ ਦੇ ਵਿੱਚ ਦਰਜਾ ਹੋਣੀ ਆਪਾਂ ਨੇ ਸਾਰੀਆਂ ਦਾ ਕਹਾਣੀਆਂ ਦਾ ਰਾਈਟਰ ਨੇਮ ਕਰੇ ਨੇ ਅਗਰ ਤੁਹਾਨੂੰ ਰਾਈਟਰ ਨੇਮ ਲੇਖਕਾਂ ਦੇ ਨਾਮ ਤੇ ਕਵਿਤਾਵਾਂ ਦੇ ਜਿਹੜੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਸ਼ਾਮਲੇ ਉਹਨਾਂ ਨੂੰ ਯਾਦ ਹੋਣਗੇ ਤਾਂ ਤੁਹਾਡੇ ਦੋ ਤਿੰਨ ਕੁਐਸਚਨ ਤਾਂ ਇਹਨਾਂ ਚੋਂ ਨਿਕਲ ਜਾਣਗੇ ਤੇ ਛੋਟੇ ਕੁਐਸਚਨ ਕਰਨੇ ਧਿਆਨ ਦੇ ਨਾਲ ਨੇ ਕਿਉਂਕਿ ਇੱਕ ਕੁਐਸਚਨ ਤੁਹਾਡਾ 2 ਮਾਰਕਸ ਦਾ ਹੋਊਗਾ ਠੀਕ ਹੈ ਜੀ ਤੁਹਾਡੇ ਦੋ ਕੁਐਸਚਨ ਗਲਤ ਹੋ ਗਏ ਸਿੱਧੇ 4 ਕੱਟ ਜਾਣਗੇ ਤਿੰਨ ਗਲਤ ਹੋ ਗਏ ਸਿੱ ਦਲੀਪ ਘੋਟਵਾਨ ਦੀ ਕਿਹੜੀ ਕਹਾਣੀ ਹੈ ਇਹੀ ਹੋਣੀ ਆ ਕਿਤੇ ਆਪਣ ਲਾਸਟ ਦੇ ਵਿੱਚ ਸੱਤੀਆਂ ਸਈ ਠੀਕ ਹੈ ਸੱਤੀਆਂ ਸਈ ਅਗਲਾ ਹੈਗਾ ਤੁਹਾਡਾ ਛਪਾਰ ਦਾ ਮੇਲਾ ਕਿਸ ਦੀ ਜਾਦੇ ਵਿੱਚ ਲੱਗਦਾ ਹਾਂਜੀ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਪਹਿਲਾਂ ਤਾਂ ਇਹ ਕਿਹੜਾ ਚੈਪਟਰ ਪੰਜਾਬ ਦੇ ਮੇਲੇ ਤੇ ਤਿਹਾਰਾ ਮੇਲੇ ਦੇ ਤੇਹਾਰਾ ਡਾਕਟਰ ਐਸ ਐਸ ਬੁੰਜਾਰਾ ਵੇਦੀ ਦਾ ਠੀਕ ਹੈ ਇਸ ਦੇ ਵਿੱਚ ਛਪਾਰ ਦਾ ਮੇਲਾ ਗੁੱਗੇ ਦੀ ਜਾਦੇ ਵਿੱਚ ਲੱਗਦਾ ਠੀਕ ਹੈ ਛਪਾਰ ਦਾ ਮੇਲਾ ਗੁੱਗੇ ਜਾਦੇ ਵਿੱਚ ਲੱਗਦਾ ਜਿਵੇਂ کئی ਹੋਰ ਕਹਾਂ ਕੁਐਸਚਨ ਪੁੱਛ ਲੈਣੇ ਹਨ ਇਹਦੇ ਵਿੱਚ ਵੀ ਕੱਤਕ ਚ ਜਿਹੜੇ ਕਿ ਦੀਵਾਲੀ ਆ ਜਾਂਦੀ ਹੈ ਚੱਕਰੀ ਦਾ ਵਰਤ ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸ਼ਬ ਹੁੰਦਾ ਹੈ ਪ੍ਰਕਾਸ਼ ਉਤਸਵ ਤੇ ਪੋ ਪੋ ਦੀ ਆਖਰੀ ਰਾਤ ਨੂੰ ਲੋਹੜੀ ਮਨਾਈ ਜਾਂਦੀ ਹੈ ਠੀਕ ਹੈ ਪੋ ਦੀ ਆਖਰੀ ਰਾਤ ਨੂੰ ਲੋਹੜੀ ਮਨਾਈ ਜਾਂਦੀ ਹੈ ਤੇ ਅਗਲੇ ਦਿਨ ਜਿਹੜੇ ਕਿ ਮਾਗ 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 ਦੇ ਵਿੱਚ ਜਿਹੜੇ ਕਿ ਮਾਗੀ ਠੀਕ ਹੈ ਮਾਗੀ ਸੰਗਰਾਮ ਦਾ ਮੁਕਤਸਰ ਦੇ ਵਿੱਚ ਭਰਦੀ ਹੈ ਠੀਕ ਹੈ ਫੱਗਣ ਦੇ ਵਿੱਚ ਹੌਲੀ ਹੋਲੀ ਹੋਲੀ ਦਾ ਤਿਹਾਰ ਕੋ ਦੋਂ ਦਾ ਫੱਗਣ ਦੇ ਵਿੱਚ ਆਉਂਦਾ ਸ਼ਿਵਰਾਤਰੀ ਦਾ ਤਿਹਾਰ ਫੱਗਣ ਦੇ ਵਿੱਚ ਆਉਂਦਾ ਠੀਕ ਹੈ ਹੋਲਾ ਮਹੱਲਾ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਫੱਗਣ ਚ ਲੱਗਦਾ 14 ਤੋਂ ਲੈ ਕੇ 16 ਫੱਗਣ ਤੱਕ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਲੱਗਦਾ ਸਾਵਣ ਦੇ ਵਿੱਚ ਤੀਆਂ ਲੱਗਦੀਆਂ ਨੇ ਠੀਕ ਹੈ ਗੁੱਗਾ ਨੌਮੀ ਭਾਦੋਂ ਦੇ ਵਿੱਚ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ ਵੀ ਸਾਖੀ ਤਾਂ ਵਿਸਾਖ ਦੇ ਮਹੀਨੇ ਚ ਆਜੂਗੀ ਚੇਤ ਦੇ ਵਿੱਚ ਜਰਗ ਦਾ ਮੇਲਾ ਜਰਗ ਦਾ ਮੇਲਾ ਚੇਤ ਦੇ ਚੇਤਰ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਠੀਕ ਹੈ ਜਿਸ ਦੇ ਵਿੱਚ ਗੁਲਗੁਲਾ ਨਾ ਮੱਥਾ ਟਿਕਿਆ ਜਾਂਦਾ ਬਾਸੜੀ ਠੀਕ ਹੈ ਭਾਵ ਕਿ ਬਹੇ ਹੋਏ ਗੁਲਗਲਿਆਂ ਦਾ ਨਾਲ ਮੱਥਾ ਟੇਕਿਆ ਜਾਂਦਾ ਸੀਤਲਾ ਮਾਤਾ ਨੂੰ ਜਿਹੜੇ ਕਿ ਉਹਨਾਂ ਨੂੰ ਪਤਿ ਆਉਣ ਦੇ ਲਈ ਮਨਾਉਣ ਦੇ ਲਈ ਅੱਗੇ ਹੈਗਾ ਇਸਤਰੀਆਂ ਦੇ ਕਿਸੇ ਲੋਕ ਨਾਚਾਂ ਨਾਲ ਸੋ ਹਾਂਜੀ ਇਸਤਰੀਆਂ ਦਾ ਲੋਕ ਨਾਚ ਵਾਲਾ ਚੈਪਟਰ ਦਾ ਪਹਿਲਾ ਰੈਕਟਰ ਨੇ ਮੈਂ ਤੁਹਾਨੂੰ ਜਿਆਦਾ ਦੱਸਦੀ ਆ ਮੈਂ ਡਾਕਟਰ ਜਗੀਰ ਸਿੰਘ ਨੂਰ ਆ ਤੇ ਇਸਤਰੀਆਂ ਦੇ ਲੋਕ ਨਾਚ ਹੈਗੇ ਨੇ ਇਹਦੇ ਵਿੱਚ ਗਿੱਧਾ ਸਮੀ ਕਿੱਕਲੀ ਗਿੱਧਾ ਸਮੀ ਕਿੱਕਲੀ ਇਹਨਾਂ ਦੇ ਵਿੱਚੋਂ ਕਿੱਕਲੀ ਹੈ ਜਿਹੜਾ ਕਿੱਕਲੀ ਨੂੰ ਗਿੱਧੇ ਦੀ ਨਰਸਰੀ ਵੀ ਕਿਹਾ ਜਾਂਦਾ ਠੀਕ ਹੈ ਗਿੱਧੇ ਦੀ ਨਰਸਰੀ ਕਿਹੜਾ ਕਿੱਕਲੀ ਜਿਹੜੀਆਂ ਛੋਟੀਆਂ ਕੁੜੀਆਂ ਦਾ ਛੋਟੀਆਂ ਕੁੜੀਆਂ ਦਾ ਵੀ ਜਿਹੜੇ ਕੀ ਇਹਨੂੰ ਨਾਚ ਮੰਨ ਲਿਆ ਜਾਂਦਾ ਕਿੱਕਲੀ ਨੂੰ ਤੇ ਹੋਰ ਕੁਐਸਚਨ ਇਹਦੇ ਵਿੱਚ ਜਿਵੇਂ ਲੋਕ ਨਾਚ ਕਿੰਨੇ ਪ੍ਰਾਚੀਨ ਨੇ ਤੇ 5000 ਪੂਰਵ ਇਸਵੀ ਇਹਦੇ ਵਿੱਚ ਜਿਹੜੇ ਕੀ ਇਹ ਚੱਲੇ ਨੇ ਤੇ ਜਿਹੜੇ ਕੀ ਲੋਕ ਨਾਚ ਕਿਹੋ ਜਿਹੀ ਪ੍ਰਵਿਰਤੀ ਦੇ ਧਾਰਨੇ ਹੁੰਦੇ ਨੇ ਲੋਕਿਕ ਪ੍ਰਵਿਰਤੀ ਦੇ ਲੋਕ ਨਾਚਾਂ ਦਾ ਵਰਗੀਕਰਨ ਕਿੰਨੇ ਤਰ੍ਹਾਂ ਦੇ ਤਰੀਕੇ ਨਾਲ ਕੀਤਾ ਜਾਂਦਾ ਦੋ ਤਰ੍ਹਾਂ ਦੇ ਨਾਲ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਔਰਤਾਂ ਦੇ ਲੋਕ ਨਾਚ ਤੇ ਮਰਦਾਂ ਦੇ ਲੋਕ ਨਾਚ ਠੀਕ ਹੈ ਤੇ ਇਸ ਦੇ ਵਿੱਚੋਂ ਛੋਟੇ ਕੁੜਿਆਂ ਨੂੰ ਮੈਂ ਤੁਹਾਨੂੰ ਦੱਸਿਆ ਰਿਹਾ ਤਾਂ ਕਿੱਕਲੀ ਦੋ ਜੋਟੇ ਬਣਾ ਕੇ ਕਿਹੜਾ ਨਾਚ ਨੱਚਿਆ ਜਾਂਦਾ ਇਹ ਵੀ ਕਿੱਕਲੀ ਪ੍ਰਾਤਨ ਗ੍ਰੰਥਾਂ ਵਿੱਚ ਹੁੱਲੇ ਹੁਲਾਰੇ ਹੁੱਲੇ ਹੁਲਾਰੇ ਲੋਕ ਨਾਚ ਦਾ ਕੀ ਨਾਂ ਸੀ ਹਲਿਸਨ ਹਲਿਸਨ ਠੀਕ ਹੈ ਹਲਿਸਨ ਕਿਹਦਾ ਸੀ ਹੁੱਲੇ ਹੁਲਾਰੇ ਦਾ ਲੋਕ ਨਾਚ ਦਾ ਨਾਂ ਸੀ ਤੇ ਗਿੱਧਾ ਕਿਸ ਪ੍ਰਕਾਰ ਦਾ ਲੋਕ ਨਾਚ ਆ ਟਾਲੀ ਠੀਕ ਹੈ ਗਿੱਧਾ ਕਿਸ ਪ੍ਰਕਾਰ ਦਾ ਲੋਕ ਨਾਚ ਆ ਟਾਲੀ ਨਾਚ ਹੈ ਟਾਲੀ ਕਈ ਵਾਰ ਐਵੇਂ ਪੁੱਛ ਲਾਂਦੇ ਕਿ ਤਾਲੀਨਾਚ ਕਿਹੜਾ ਤਾਂ ਗਿੱਧਾ ਤੇ ਸਾਂਝੇ ਪੰਜਾਬ ਦੇ ਪੱਛਮੀ ਭਾਗ ਦੇ 12 ਵਿੱਚ ਕਿਹੜਾ ਲੋਕਨਾਚ ਪਰਚਲਦਾ ਸਮੀ ਆ ਠੀਕ ਹੈ ਤੇ ਸਮੀ ਦੇ ਵਿੱਚ ਜਿਹੜੇ ਕਿ ਨਮਸਕਾਰ ਜਾਂ ਸਲਾਮੀ ਦੀ ਜਿਹੜੀ ਮੁਦਰਾ ਹੁੰਦੀ ਹੈ ਤੇ ਉਹ ਕਿਹੜਾ ਲੋਕਨਾਚ ਜਿਹੜਾ ਢੋਲ ਦੇ ਸਾਜ਼ ਤੇ ਨੱਚਿਆ ਜਾਂਦਾ ਠੀਕ ਹੈ ਭੰਗੜਾ ਜਾਂ ਪੁੱਛ ਲਾਂਦੇ ਕਿ ਭੰਗੜਾ ਕਿਹੜੇ ਉਹ ਤੇ ਨੱਚਿਆ ਜਾਂਦਾ ਢੋਲ ਤੇ ਨੱਚਿਆ ਜਾਂਦਾ ਮਰਦਾਂ ਦੇ ਨਾਚ ਕਿਹੜੇ-ਕਿਹੜੇ ਨੇ ਭੰਗੜਾ ਠੀਕ ਆ ਝੁੰਮਰ ਲੁੱਡੀ ਮਰਦਾਂ ਦਾ ਕੀਤਾ ਇਹ ਮਰਦਾਂ ਦੇ ਲੋਕਨਾਚ ਨੇ ਤੇ ਇਸ ਤੋਂ ਇਲਾਵਾ ਜਿਹੜੇ ਕਿ ਇਹ ਵੀ ਕੁਝ ਕੁਐਸਚਨ ਆ ਜਾਂਦੇ ਹੁੰਦੇ ਨੇ ਕਿ ਕਿਹੜਾ ਲੋਕ ਨਾਚ ਹੈ ਜਿਹੜਾ ਜਿਹੜੇ ਕਿ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਜਾਂ ਉਹਨੂੰ ਜਿੱਤ ਤੇ ਖੁਸ਼ੀ ਦਾ ਨਾਚ ਵੀ ਕਹਿੰਦੇ ਨੇ ਠੀਕ ਹੈ ਲਚਕ ਤੇ ਮਸਤੀ ਦਾ ਨਾਚ ਵੀ ਕਹਿੰਦੇ ਨੇ ਜਾਂ ਸ਼ਾਂਤਮਈ ਖੇਤਰਾਂ ਵਿੱਚ ਕਿਹੜਾ ਪ੍ਰਚਲਿਤ ਹੈ ਉਹਨੂੰ ਕਹਿੰਦੇ ਨੇ ਲੁੱਡੀ ਲੁੱਡੀ ਠੀਕ ਹੈ ਜਿੱਤ ਤੇ ਖੁਸ਼ੀ ਦਾ ਨਾਚ ਲੁੱਡੀ ਤੇ ਮਰਦਾਂ ਦਾ ਉਹ ਕਿਹੜਾ ਨਾਚਾ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਤਾਂ ਹੈਗਾ ਲੁੱਡੀ ਠੀਕ ਹੈ ਤੇ ਇਸ ਤੋਂ ਇਲਾਵਾ ਸੰਦਲਵਾਰ ਦੇ ਲੋਕਾਂ ਦਾ ਜੇ ਕੁਐਸਚਨ ਪੁੱਛਿਆ ਜਾਵੇ ਕਿ ਸੰਦਲਵਾਰ ਦੇ ਲੋਕਾਂ ਦਾ ਮੁੱਖ ਨਾਚ ਕਿਹੜਾ ਸੰਦਲਵਾਰ ਚ ਤਾਂ ਹੋਏਗਾ ਟੋਲਾ ਟੋਲਾ ਠੀਕ ਹੈ ਤੇ ਚੂਮਰ ਚੂਮਰ ਰਾਜਸਥਾਨ ਦੇ ਘੂਮਰ ਨਾਚਦੇ ਜਿਹੜੇ ਕਿਸੇ ਵਿਸ਼ੇਸ਼ਤਾ ਵਾਲਾ ਨਾਚ ਆ ਹੈ ਠੀਕ ਹੈ ਤੇ ਜਿਹਨੂੰ ਝੂਨ ਝੂਮ ਕੇ ਨੱਚਿਆ ਜਾਂਦਾ ਤੇ ਝੂਮਰ ਪੰਜਾਬ ਦੇ ਕਿਸ ਇਲਾਕੇ ਦਾ ਨਾਚ ਹੈ ਸੰਦਲਵਾਰ ਦਾ ਇਹ ਵੀ ਤੇ ਇਸ ਤੋਂ ਇਲਾਵਾ ਸੂਫੀਆਂ ਸੰਤਾਂ ਦੇ ਡੇਰਾਂ ਉੱਤੇ ਕਿਹੜਾ ਨਾਚ ਨੱਚਿਆ ਜਾਂਦਾ ਸੂਫੀਆਂ ਸੰਤਾਂ ਦੇ ਡੇਰਾਂ ਉੱਤੇ ਨੱਚਿਆ ਜਾਂਦਾ ਧਮਾਲ ਧਮਾਲ ਤੇ ਕਿਹੜਾ ਲੋਕ ਨਾਚ ਜਿਹੜੇ ਕਿ ਲੁપ્ત ਹੋ ਰਹੇ ਨੇ ਖਲੀ へਮੜੀ ਡੰਡਾਸ ਖਲੀ へਮੜੀ ਡੰਡਾਸ ਜਿਹੜੇ ਕਿ ਭਾਵ ਕਿ ਪਕ ਕਹਿ ਸਕਦੇ ਕਿ ਇਹ ਲੋਪ ਹੋ ਰਹੇ ਨੇ ਤੇ ਨੈਕਸਟ ਕੁਐਸਚਨ ਦੇਖਦੇ ਅੱਗੇ ਵਗਦੇ ਪਾਣੀ ਨਾਂ ਦੇ ਕਵਤਾ ਦੇ ਕਵੀ ਕੌਣ ਆ ਹਾਂਜੀ ਵਗਦੇ ਪਾਣੀ ਇਹਦਾ ਰਾਈਟਰ ਨੇ ਮੈਂ ਤੁਹਾਨੂੰ ਸਾਰੇ ਕਵਿਤਾਵਾਂ ਦੇ ਦੱਸ ਦਨੀ ਹੁਣ ਸਾਰੇ ਕੁਐਸਚਨ ਕਲੀਅਰ ਹੋ ਜਾਣਗੇ ਹਾਂਜੀ ਪਹਿਲਾ ਦਾ ਵਗਦੇ ਪਾਣੀ ਵਗਦੇ ਪਾਣੀ ਦਾ ਤਾਂ ਹੈਗਾ ਜਿਹੜੇ ਕਿ ਤੁਹਾਨੂੰ ਪਤਾ ਹੀ ਹੋਣਾ ਵਗਦੇ ਪਾਣੀ ਦਾ ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀਆ ਠੀਕ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀਵਾਨ ਸਿੰਘ ਕਾਲੇ ਪਾਣੀ ਕਾਲੇ ਪਾਣੀਆ ਜਿਸ ਦੇ ਵਿੱਚ ਪਾਣੀ ਜਿਹੜੀ ਕਿ ਕਾਦਾ ਪ੍ਰਤੀਕ ਉਹਨਾਂ ਦਾ ਨਿਰੰਤਰ ਗਤੀਸ਼ੀਲਤਾ ਦਾ ਵਗਦਾ ਪਾਣੀ ਕਾਦਾ ਪ੍ਰਤੀਕ ਨਿਰੰਤਰ ਗਤੀਸ਼ੀਲਤਾ ਦਾ ਪ੍ਰਤੀਕ ਤੇ ਟੁਕੜੀ ਜੱਗ ਤੋਂ ਨਿਆਰੀ ਹੈਗੇ ਭਾਈ ਵੀਰ ਸਿੰਘ ਦੀ ਟੁਕੜੀ ਜੱਗ ਤੋਂ ਨਿਆਰੀ ਭਾਈ ਵੀਰ ਸਿੰਘ ਦੀ ਕਸ਼ਮੀਰ ਦੀ ਧਰਤੀ ਦਾ ਜਿਹੜੀ ਕਿ ਇਹਦੇ ਵਿੱਚ ਵਰਣਨ ਕੀਤਾ ਹੋਇਆ ਤੇ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਹੈਗੇ ਪ੍ਰੋਫੈਸਰ ਪੂਰਨ ਸਿੰਘ ਦੀ ਪੱਪੇ ਪੱਪੇ ਤੇ ਜਾ ਰੱਖ ਲੈਣਾ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਪੁਰਾਣੇ ਪੰਜਾਬ ਨੂੰ ਆਵਾਜ਼ਾ ਤੇ ਜਿਸ ਦੇ ਵਿੱਚ ਜਿਹੜੇ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਸਵਾਲ ਕੀਤਾ ਜਾਂਦਾ ਠੀਕ ਹੈ ਵੀ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਿਆ ਜਾਂਦਾ ਕਿ ਅੱਜ ਜਿਹੜੀ ਸੱਭਿਆਤਾ ਇਸ ਦੇ ਵਿੱਚ ਜਿਹੜਾ ਪੁਰਾਣਾ ਸੱਭਿਆਚਾਰ ਸੀ ਉਹ ਕਿੱਥੇ ਚਲਾ ਗਿਆ ਠੀਕ ਹੈ ਤੇ ਤਾਜ ਮਹਿਲ ਹੈਗੇ ਪ੍ਰੋਫੈਸਰ ਮੋਹਨ ਸਿੰਘ ਦੀ ਤਾਜ ਮਹਿਲ ਕਪਤਾ ਹੈਗੀ ਆ ਪ੍ਰੋਫੈਸਰ ਮੋਹਨ ਸਿੰਘ ਦੀ ਮੋਹਨ ਸਿੰਘ ਦੀ ਹੈਗੀ ਆ ਤਾਜ ਮਹਿਲ ਕਪਤਾ ਠੀਕ ਹੈ जिसਦੇ ਵਿੱਚ ताज महल ਦਾ ਵਰਣ ਕੀਤਾ ਗਿਆ ਤੇ ਮੁਗਲਾਂ ਦੀ ਜਿਹੜੀ ਕਿ ਇਮਾਰਤਕਾਰੀ ਦੀ ਪ੍ਰਸ਼ੰਸਾ ਕੀਤੀ ਗਈ ਹੈ ਤੇ ਕਵੀ ਦੀ ਹਮਦਰਦੀ ਕਿਸ ਤੇ ਰਵਾਲਾ ਕੁਐਸਚਨ ਇਹ ਬਹੁਤ ਇੰਪੋਰਟੈਂਟ ਹੁੰਦਾ ਹੁੰਦਾ ਹੈ ਕਿ ਕਵੀ ਦੀ ਹਮਦਰਦੀ ਕਿਸ ਤੇ ਰਵਾਲਾ ਤਾਂ ਉਹ ਹੈਗੇ ਸ਼ੋਸ਼ਿਤ ਤੇ ਨਾਲ ਕਵੀ ਦੀ ਹਮਦਰਦੀ ਕਿਹਦੇ ਨਾਲ ਹੈ ਸ਼ੋਸ਼ਿਤ ਤੇ ਨਾਲ ਸ਼ੋਸ਼ਿਤ ਤੇ ਰੋ ਹੁੰਦੀ ਹੈ ਜਿਹੜੀ ਜ਼ੁਲਮ ਸਹਿੰਦੀ ਹੈ ਤੇ ਜਿਹੜਾ ਜ਼ੁਲਮ ਕਰਦਾ ਉਹ ਹੁੰਦਾ ਸ਼ਾਸਕ ਤੇ ਠੀਕ ਆ ਸ਼ਾਸਕ ਤੇ ਤੇ ਕਵੀ ਦੀ ਹਮਦਰਦੀ ਕਿਹਦੇ ਵਾਲਾ ਸ਼ੋਸ਼ੀ ਤੇਰਵਲ ਤੇ ਉਸ ਉੱਤੇ ਪਾਣੀ ਦੇ ਵਿੱਚ ਤਾਜਮਹਿਲ ਦਾ ਪਰਸਾਵਾ ਜਿਹੜੇ ਕਿ ਸੁੱਤਾ ਪਿਆ ਸੀ ਇੱਥੇ ਸਹੀ ਹੈ ਠੀਕ ਹੈ ਤੇ ਜਿਹੜੇ ਕਿ ਇਹ ਤਾਜਮਹਿਲ ਹੈ ਕਿੱਥੇ ਜਮਨਾ ਦੇ ਕੰਡੇ ਤੇ ਠੀਕ ਹੈ ਜਮਨਾ ਦੇ ਕੰਡੇ ਤੇ ਤੇ ਇਹਦੇ ਵਿੱਚੋਂ ਕਈ ਵਾਰ 17 ਵੀ ਕੰਪਲੀਟ ਕਰਨੇ ਆ ਜਾਂਦੇ ਹੁੰਦੇ ਆ ਸਟੂਡੈਂਟਸ ਤੁਸੀਂ ਇੱਕ ਵਾਰ ਕਫਤਾਵਾਂ ਨੂੰ ਜ਼ਰੂਰ ਰੀਡ ਕਰ ਲਿਓ ਠੀਕ ਹੈ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਕਿ ਆਪਣੀ ਕਫਤਾ ਹੈਗੀ ਆ ਚੁੰਮ ਚੁੰਮ ਰੱਖੋ ਕਲਗੀ ਜੁਝਾਰ ਦੀ ਇਹ ਨੰਦਲਾ ਨੂਰਪੁਰੀ ਦੀ ਕਫਤਾ ਨੰਦਲਾ ਨੂਰਪੁਰੀ ਦੀ ਕਫਤਾ ਚੁੰਮ ਚੁੰਮ ਰੱਖੋ ਕਲਗੀ ਜੁਝਾਰ ਦੀ ਠੀਕ ਹੈ ਇਸ ਦੇ ਵਿੱਚ ਕੋਸ਼ਣ ਪੁੱਛਿਆ ਜਾਂਦਾ ਹੈ ਕਿ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ ਤੁੱਕ ਅਨਸਾਰ ਜੋੜਾ ਕਿਸ ਦੇ ਕੋਲ ਜਾ ਵਸਿਆ ਹੁੰਦਾ ਦਾਦੇ ਕੋਲ ਠੀਕ ਹੈ ਭਾਵ ਕਿ ਅ ਗੁਰੂ ਜੀ ਦੇ ਜਿਹੜੇ ਕਿ ਸਪੁੱਤਰ ਸਾਹਿਬਜਾਦੇ ਗੁਰਤੇਗ ਬਹਾਦਰ ਜੀ ਦੇ ਕੋਲ ਚਲੇ ਜਾਂਦੇ ਨੇ ਠੀਕ ਹੈ ਤੇ ਇਹਦੇ ਵਿੱਚ ਲਹੂ ਵਿੱਚ ਵੀ ਜੇ ਕੋੜੀ ਪੁੱਭਾ ਮਾਰ ਰਹੀ ਸੀ ਇਹ ਵੀ ਸਹੀ ਹੈ ਇਹਦੇ ਵਿੱਚ ਕੁੜੇ ਕੋਲੇ ਹੱਥਾਂ ਵਿੱਚ ਕਿਹੋ ਜਿਹਾ ਕਿਰਪਾਨਾ ਫੜਿਆ ਹੁੰਦੀਆਂ ਨੇ ਗੋਰੀਆਂ ਜਾਂ ਤਿੱਖੀਆਂ ਤਿੰਨ ਵਿੱਚ ਆਨਸਰ ਆਊਗਾ ਗੋਰੀਆਂ ਠੀਕ ਹੈ ਤੇ ਇਸ ਦੇ ਵਿੱਚ ਜੰਗ ਵਿੱਚੋਂ ਲੜ ਕੇ ਸਪਾਹੀ ਮੇਰੇ ਆਉਣਗੇ ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਗੱਲ ਕਰਦਾ ਤਾਂ ਗੁਰੂ ਜੀ ਦੇ ਸਾਹਿਬਜ਼ਾਦੇ ਬਾਰੇ ਠੀਕ ਹੈ ਅਜੀਤ ਜੁਝਾਰਵਾਰੇ ਤੇ ਇਹ ਕਲਗੀ ਜੁਝਾਰ ਦੀ ਸਾਹਿਬਜ਼ਾਦੇ ਜੁਝਾਰਵਾਰੇ ਦੇਖੋ ਕੁਸ਼ਚਨ ਹੋ ਜਾਂਦੇ ਇਹਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਕਿ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਕੀਤਾ ਗਿਆ ਇਸ ਕਵਤਾ ਵਿੱਚ ਤਾਂ ਤੁਹਾਨੂੰ ਕਵਤਾ ਪੜ੍ਹ ਕੇ ਪਤਾ ਲੱਗਿਆ ਹੋਣਾ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਠੀਕ ਹੈ ਸਹਬ ਜਦਉ ਜਾਰ ਸਿੰਘ ਬਾਰੇ ਤੇ ਉਸ ਤੋਂ ਬਾਅਦ ਅੱਗੇ ਵਾਰਿਸ਼ਾ ਵਾਰਿਸ਼ਾ ਕਪਤਾ ਹੈਂਗਾ ਅਮਰਤਾ ਪ੍ਰੀਤਮ ਦੀ ਠੀਕ ਹੈ ਜਿਸ ਦੇ ਵਿੱਚ 1947 ਦੀ ਵੰਡ ਦਾ ਜਿਹੜੇ ਕਿ ਦੁਖਾਂਤ ਨੂੰ ਇਹਦੇ ਵਿੱਚ ਵਰਣਨ ਕੀਤਾ ਗਿਆ 1900 ਵੰਡ ਦੀ 1947 ਜਿਹੜੀ ਵੰਡ ਹੋਈ ਸੀ ਤੇ ਵਾਰਿਸ਼ਾ ਕਪਤਾ ਕਿਸ ਨੂੰ ਸੰਬੋਧਿਤ ਹੈ ਅਮਰਤਾ ਪ੍ਰੀਤਮ ਦੀ ਇਹ ਕਵਤਾ ਵਾਰਿਸ਼ਾ ਨੂੰ ਸੰਬੋਧਿਤ ਹੈ ਠੀਕ ਹੈ ਤੇ ਬਾਕੀ ਇਹਦੇ ਵਿੱਚ ਤੁਕਾਂ ਜ਼ਰੂਰ ਪੜ ਲੈਣਾ ਤੁਸੀਂ ਤੇ ਇੱਕ ਜਿਹੜੇ ਦੋਸਤਾ ਕਵਤਾ ਹੈਗੇ ਦੋਸਤਾ ਕਵਤਾ ਹੈਗੇ ਪਿਆਰਾ ਸਿੰਘ ਸਹਰਾਈ ਦੀ ਠੀਕ ਹੈ ਪਿਆਰਾ ਸਿੰਘ ਸਹਰਾਈ ਦੀ ਦੋਸਤਾ ਕਵਤਾ ਤੇ ਦੋਸਤਾ ਕਵਤਾ ਦਾ ਮੂਲ ਸੁਰ ਕੀਆ ਉਪਦੇਸ਼ਤਮਕ ਠੀਕ ਹੈ ਉਪਦੇਸ਼ਤਮਕ ਸੁਰ ਜਿਸ ਦੇ ਵਿੱਚ ਜਿਹੜੇ ਕਿ ਹਮਲਾ ਮਾਰ ਕੇ ਜਿਹੜੇ ਕਿ ਅੱਗੇ ਵਧਣ ਲਈ ਕਿਹਾ ਗਿਆ ਤੇ ਅਗਲੀ ਜਿਹੜੇ ਕਿ ਕਵਤਾ ਹੈਗੇ ਤੁਹਾਡੀ ਮੇਰਾ ਬਚਪਨ ਮੇਰਾ ਬਚਪਨ ਜਿਹੜੀ ਕਿ ਕਵਤਾ ਹੈਗੀ ਇਹ ਹਰਪਾਜਨ ਸਿੰਘ ਦੀ ਹੈ ਠੀਕ ਹੈ ਹਰਪਾਜਨ ਸਿੰਘ ਦੀ ਮੇਰਾ ਬਚਪਨ ਕਵਤਾ ਇਸ ਦੇ ਵਿੱਚ ਕਿਹੜਾ ਰਿਸ਼ਤੇ ਦਾ ਜ਼ਿਕਰ ਕੀਤਾ ਗਿਆ ਤਾਂ ਇਹਦੇ ਵਿੱਚ ਮਾਤੇ ਪੁੱਤ ਦੇ ਮਾਤੇ ਪੁੱਤ ਦੇ ਜਿਹੜੇ ਕੀ ਇਹਦਾ ਜ਼ਿਕਰ ਕੀਤਾ ਗਿਆ ਸਬ ਰਿਸ਼ਤੇ ਦਾ ਇਹਦੇ ਵਿੱਚ ਤੇ ਮੇਰਾ ਬਚਪਨ ਕਪਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਰ ਬਚਪਨ ਰੋਲ ਜਾਂਦਾ ਤਾਂ ਪਿਤਾ ਦੀ ਗੈਰ ਹਾਜ਼ਰੀ ਦੇ ਕਾਰਨ ਠੀਕ ਹੈ ਵੀ ਪਿਤਾ ਜਿਹੜੇ ਕਿ ਨਹੀਂ ਹੁੰਦਾ ਤਾਂ ਬੱਚੇ ਦਾ ਜਿਹੜੇ ਕਿ ਬਚਪਨ ਰੋਲ ਜਾਂਦਾ ਉਹ ਠੀਕ ਹੈ ਤੇ ਇੱਕ ਕਵਤਾ ਹੈਗੀ ਗੀਤ ਗੀਤ ਕਵਤਾ ਹੈਗਾ ਸ਼ਿਵ ਕੁਮਾਰ ਬਟਾਲਵੀ ਦੀ ਠੀਕ ਹੈ ਹੰਝੂਆਂ ਦਾ ਪਾੜੇ ਵਾਲਾ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨਹੀਂ ਪੀੜਾਂ ਦਾ ਪ੍ਰਾਗਾ ਭੁੰਨਦੇ ਇਹ ਕਵਤਾ ਤੇ ਇਸ ਕਪਤਾ ਦੇ ਵਿੱਚ ਸ਼ਿਵ ਕੁਮਾਰ ਜਿਹੜੀ ਕਪਤਾ ਦੀ ਗੀਤ ਦੀ সুর ਕੀ ਹੈ ਇਹ ਹੈ ਉਦਾਸੀ ਠੀਕ ਹੈ ਉਦਾਸ ਸ਼ਿਵ ਕੁਮਾਰ ਵਟਾਲਵੀ ਦੀ ਗੀਤ ਕਪਤਾ ਦੀ ਮੂਲ সুর ਕੀ ਹੈ ਉਦਾਸੀ ਠੀਕ ਹੈ ਉਦਾਸ ਤੇ ਅਗਲੇ ਜਿਹੜੀ ਤੁਹਾਡੀ ਲਾਸਟ ਕਪਤਾ surjit patar ਦੀ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਠੀਕ ਹੈ ਇਹ surjit patar ਦੀ ਕਪਤਾ ਇਸ ਦੇ ਤੇ ਇੱਕ ਇਹਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਕਿ surjit patar ਦੀ ਗਜ਼ਲ ਠੀਕ ਹੈ ਗਜ਼ਲ ਲੱਗੀ ਧੁੱਪ ਦੇ ਸ਼ਹਿਰ ਤੇਰੇ ਦੇ ਵਿਰਖਾਂ ਨੂੰ ਪ੍ਰਤੀਕਰਮ ਵਜੋਂ ਪਾਣੀ ਉੱਧਰ ਜਾਵੇਗਾ ਤਾਂ ਮੇਰੇ ਸ਼ਹਿਰ ਦਾ ਪਾਣੀ ਉੱਧਰ ਜਾਵੇਗਾ ਠੀਕ ਹੈ ਤਾਂ ਇਹ ਗਜ਼ਲ ਹੈ surjit patar ਦੀ ਠੀਕ ਹੈ ਅੱਗੇ ਹੁਣ ਆਪਾਂ MCQ's ਦੇਖਦੇ ਹਾਂ ਹਾਂਜੀ ਪੰਜ ਤੁਹਾਨੂੰ MCQ's ਆਉਣਗੇ ਪੰਜ ਤੁਹਾਨੂੰ ਜਿਹੜੇ ਕੀ ਆਉਣਗੇ true false ਪੰਜ ਹੀ ਤੁਹਾਨੂੰ ਜਿਹੜੇ ਕੀ one liner question answer ਆਉਣਗੇ ਤੇ ਟੋਟਲ ਤੁਹਾਡੇ 15 ਕੁਐਸਚਨ ਹੋਣਗੇ 2 2 ਮਾਰਕਸ ਤੇ 30 ਮਾਰਕਸ ਤੇ ਤੁਹਾਡੇ ਸ਼ਾਰਟ ਕੁਐਸਚਨਸ ਨੇ ਹਾਂਜੀ ਨਿੱਲੀ ਕਹਾਣੀ ਵਿੱਚ ਗਵਾਲੇ ਦਾ ਪਤ ਨ ਗਵਾਲੇ ਦਾ ਚਰਿੱਤਰ ਕਿਹੋ ਜਿਹਾ ਹੋ ਜਾ ਹੁਣੀ ਆਪਾਂ ਨੇ ਜਿੱਦ ਤੋਂ ਤੁਹਾਨੂੰ ਦੱਸਿਆ ਸੀ ਡਿਸਕਸ ਕੀਤਾ ਸੀ ਕਿ ਗਵਾਲਾ ਵਪਾਰਕ ਰੁਚੀ ਵਾਲਾ ਠੀਕ ਆ ਵਪਾਰਕ ਰੁਚੀ ਵਾਲਾ ਤੇ ਜਿੱਤੋ ਕਿਹੜੀ ਕਹਾਣੀ ਦੇ ਮੁੱਖ ਪਾਤਰ ਹੈ ਇਹ ਵੀ ਆਪਣਾ ਹੋਇਆ ਗਿਆ ਤਾਂ ਹੀ ਤੁਹਾਨੂੰ ਮੈਂ ਸਾਰੇ ਕੁਐਸਚਨ ਪਹਿਲਾਂ ਹੀ ਦੱਸ ਦੇ ਤਾਂ ਕਿ ਤੁਹਾਡੇ ਸਾਰੇ ਕੁਐਸਚਨ ਕਲੀਅਰ ਹੋ ਜਾਣ ਜਿੱਤੋ ਕਿਹੜੀ ਕਹਾਣੀ ਦੇ ਮੁੱਖ ਪਾਤਰ ਹੈ ਕਰਜਾ ਆਪਣੇ ਚ ਕਰਜਾ ਆਪਣੇ ਦੀ ਠੀਕ ਹੈ ਤਾਂ ਅਗਲਾ ਕੁਐਸਚਨ ਦੇਖਦੇ ਅੱਗੇ ਆਪਾਂ ਰਗਵੇਦ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ਤਾਂ ਰਗਵੇਦ ਸਮੇਂ ਪੰਜਾਬ ਨੂੰ ਕਿਹਾ ਜਾਂਦਾ ਸੀ ਸप्तसिंधੂ ਇਮਦਾਨ 10 ਸਬਤ ਸਿੰਧੂ ਤੇ ਪੰਜਾਬ ਪੰਜ ਪਲਸ ਆਪ ਦੇ ਮੇਲ ਤੋਂ ਬਣਿਆ ਹੋਇਆ ਪੰਜ ਦਰਿਆਵਾਂ ਦੀ ਧਰਤੀ ਪੰਚਨਦ ਮਹਾਕਾਵ ਤੇ ਪ੍ਰਾਣ ਵਿੱਚ ਕਿਹਾ ਜਾਂਦਾ ਸੀ ਪੰਜਾਬ ਨੂੰ ਤੇ ਕਿਹੜੇ ਦੋ ਚੀਜ਼ਾਂ ਪੰਜਾਬ ਜਿਹੜੇ ਕਿ ਹਰ ਇੱਕ ਦੁਨੀਆ ਦੇ ਕੋਨੇ ਵਿੱਚ ਮਿਲ ਜਾਂਦੇ ਨੇ ਤੇ ਪੰਜਾਬ ਪੰਜਾਬੀ ਤੇ ਆਲੂ ਠੀਕ ਹੈ ਤੇ ਬਾਕੀ ਹੋਰ ਇਹਦੇ ਵਿੱਚੋਂ ਕਾਫੀ ਕੁਐਸਚਨਸ ਨੇ ਜਿਵੇਂ ਜਿਹੜੇ ਕਿ ਪੰਜਾਬ ਤੇ ਹਰਿਆਣਾ ਕਦੋਂ ਬਣੇ ਨੇ ਪੰਜਾਬ ਤੇ ਹਰਿਆਣਾ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ ਹੈ 1 ਨਵੰਬਰ 1966 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਜਿਹੜੀ ਕਿ ਵੰਡ ਹੋਈ ਹੈ ਇਹ ਚੈਪਟਰ ਹੈਗਾ ਪੰਜਾਬੀ ਸੱਭਿਆਚਾਰ ਡਾਕਟਰ ਵੀਰਿੰਦਰ ਕੌਰ ਦਾ ਤੇ ਇਹਦੇ ਵਿੱਚੋਂ ਇਹ ਵੀ ਪੁੱਛ ਲਉਂਦੇ ਨੇ ਕਿ ਸੱਭਿਆਚਾਰ ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਤਾਂ ਸੱਭਿਆ ਤੇ ਆਚਾਰ ਦੇ ਮੇਲ ਤੋਂ ਸੱਭਿਆ ਠੀਕ ਹੈ ਸੱਭਿਆ ਸੱਭਿਆ ਦਾ ਅਰਥ ਕੀ ਆ ਨਿਯਮਬੱਧਤਾ ਨਿਯਮ ਬੱਧਤਾ ਸੱਭਿਆ ਦਾ ਅਰਥ ਹੈ ਨਿਯਮਬੱਧਤਾ ਨਿਯਮ ਉਬੱਦਤਾ ਠੀਕ ਹੈ ਤੇ ਆਚਾਰ ਦਾ ਅਰਥ ਹੈ ਆਚਰਣ ਆਚਰਣ ਠੀਕ ਹੈ ਤੇ ਇੱਕ ਇਹ ਪੁੱਛ ਲਿਆ ਨਾ ਕਿ ਅ ਇੰਗਲਿਸ਼ ਦੇ ਵਿੱਚ ਇਹਨੂੰ ਕਲਚਰ ਕਹਿੰਦੇ ਨੇ ਤੇ ਹਿੰਦੀ ਦੇ ਵਿੱਚ ਸੱਭਿਆਚਾਰ ਨੂੰ ਸੰਸਕ੍ਰਿਤ ਕਹਿੰਦੇ ਨੇ ਸੰਸਕ੍ਰਿਤੀ ਠੀਕ ਹੈ ਸੰਸਕ੍ਰਿਤੀ ਹਿੰਦੀ ਦੇ ਵਿੱਚ ਇਹਨੂੰ ਸੰਸਕ੍ਰਿਤੀ ਕਹਿੰਦੇ ਨੇ ਤੇ ਕਲਚਰ ਸ਼ਬਦ ਲਾਟਿਨ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਜਿਸ ਦਾ ਅਰਥ ਹੈ ਟੂ ਕਲਟੀਵੇਟ ਦਾ ਲੈਂਡ ਪਾਵ ਕੀ ਭੂਮੀ ਦੀ ਵਿਜਾਈ ਠੀਕ ਹੈ ਭੂਮੀ ਦੀ ਵਿਜਾਈ ਤੇ 1947 ਚ ਵੰਡ ਹੋਈ ਸੀ ਇਹ ਤਾਂ ਆਪਣਾ ਹੋਇਆ ਗਿਆ ਕੁਐਸਚਨ ਠੀਕ ਹੈ ਤੇ ਰਿਗਵੇਦਨਾ ਅਰਗਵੇਦੀ ਵੀ ਪੰਜਾਬ ਦੇ ਵਿੱਚ ਰਚਨਾ ਹੋਈ ਹੈ ਤੇ ਪਾਣੀ ਨੇ ਜਿਹੜੇ ਕਿ ਵਿਆਕਰਨ ਵੀ ਪੰਜਾਬ ਦੇ ਵਿੱਚ ਰਚਿਆ। ਅਨਵੰਡੇ ਪੰਜਾਬ ਵਿੱਚਲੇ ਪੰਜ ਦਰਿਆਵਾਂ ਵਿੱਚੋਂ ਜੋ ਕਿ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਤਾਂ 22 ਠੀਕ ਹੈ 22 ਅੱਗੇ ਕੁਐਸਚਨ ਦੇਖਦੇ ਆ ਅੱਗੇ ਮਨੁੱਖ ਵਿੱਚ ਖੇਡਣ ਦੇ ਗੁਣ ਕਿਸ ਨੇ ਭਰੇ ਨੇ ਤਾਂ ਮਨੁੱਖ ਦੇ ਵਿੱਚ ਖੇਡਣ ਦੇ ਗੁਣ ਕੁਦਰਤ ਨੇ ਭਰੇ ਨੇ ਕੁਦਰਤ ਨੇ ਠੀਕ ਹੈ। ਤੇ ਇਹਦੇ ਵਿੱਚੋਂ ਕਈ ਵਾਰ ਕੁਸ਼ਨ ਪੁੱਛ ਲੈਂਦੇ ਨੇ ਕਿ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਆ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈਗੇ ਅੱਡੀ ਛੜੱਪਾ ਜਾਂ ਅੱਡੀ ਟੱਪਾ ਠੀਕ ਹੈ ਅੱਡੀ ਟੱਪਾ ਜਾਂ ਅੱਡੀ ਛੜੱਪਾ ਹੈਗੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਤੇ ਬਾਂਦਰਕਿੱਲਾ ਕਿਸ ਕਿਸ ਰੁੱਤ ਵਿੱਚ ਖੇਡਿਆ ਜਾਂਦਾ ਸਿਆਲ ਰੁੱਤ ਦੇ ਵਿੱਚ ਠੀਕ ਆ ਬਾਂਦਰਕਿੱਲਾ ਖੇਡਿਆ ਜਾਂਦਾ ਸਿਆਲ ਰੁੱਤ ਦੇ ਵਿੱਚ ਇਹ ਤੇ ਮੁੰਡੇ ਕੁੜੀਆਂ ਦੋਨਾਂ ਦੇ ਹਰਮਨ ਪਿਆਰੀ ਖੇਡ ਆ ਇਹ ਤੇ ਪੀਲ ਪਲਿੰਗਣ ਪੀਲ ਪਲਿੰਗਣ ਦੁਪਹਿਰ ਦੇ ਸਮੇਂ ਖੇਡੀ ਜਾਣ ਵਾਲੀ ਖੇਡ ਆ ਤੇ ਇਹਨੂੰ ਗਰਮੀ ਦੀ ਰੁੱਤ ਦੀ ਖੇਡ ਵੀ ਕਹਿੰਦੇ ਨੇ ਠੀਕ ਆ ਪੀਲ ਪਲਿੰਗਣ ਤੇ ਇਹਦੇ ਹੋਰ ਨਾਂ ਨੇ ਜਿਵੇਂ ਡੰਡਾ ਡੁੱਕ ਡੰਡ ਪਲਾਂਗੜਾ ਪੀਲ ਪਲਿੰਗਣ ਇਹਦੇ ਨਾਂ ਨੇ ਹੋਰ ਤੇ ਸ਼ੱਕਰ ਭੀਜੀ ਦੇ ਵਿੱਚ ਚਾਰ ਪੰਜ ਖੜਿਆਰੀ ਹੁੰਦੇ ਨੇ ਜਿਹੜੇ ਕਿ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ ਤੇ ਜੇ ਕੁਐਸਚਨ ਆ ਜਾਵੇ ਤਾਂ ਉਹਨੂੰ ਕਿ ਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ ਤਾਂ ਸ਼ੱਕਰ ਭੀਜੀ ਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈਗੀਆ ਸ਼ੱਕਰ ਭੀਜੀ ਠੀਕ ਹੈ ਤੇ ਜਿਹਦੇ ਵਿੱਚ ਕਿਸੇ ਕੰਧ ਜਾਂ ਦਰਖਤ ਨੂੰ ਸਹਾਰਾ ਲੈ ਕੇ ਜਿਹੜੇ ਕਿ ਕੋੜੀ ਦੇ ਤਰੀਕੇ ਨਾਲ ਬਣ ਕੇ ਫਿਰ ਬਾਕੀ ਜਿਹੜੇ ਕਿ ਉਹਦੇ ਉੱਤੇ ਛਾਲਾ ਮਾਰਦੇ ਹੁੰਦੇ ਨੇ ਤੇ ਇੱਕ ਇਹ ਚੋ ਕੁਐਸਚਨ ਆਉਂਦਾ ਕਿ ਸੌਂਚੀ ਪੱਕੀ ਖੇਡ ਕਿਸ ਖੇਡ ਨਾਲ ਮਿਲਦੀ ਜੁਲਦੀ ਹੈ ਤਾਂ ਬਾਕਸਿੰਗ ਦੇ ਨਾਲ ਠੀਕ ਹੈ ਤਸ਼ਪਾਰ ਦੇ ਮੇਲੇ ਵਿੱਚ ਕਿਸ ਦੇ ਪਹਿਲਾ ਜਿਹੜੇ ਕੀ ਉਹ ਲੱਗਦੇ ਹੁੰਦੇ ਮਤਲਬ ਕਿ ਸ਼ਪਾਰ ਦੇ ਮੇਲੇ ਵਿੱਚ ਕਿਸ ਖੇਡ ਦੇ ਜੋਹਰ ਦਿਖਾਈ ਜਾਂਦੇ ਤਾਂ ਸੌਂਚੀ ਪੱਕੀ ਠੀਕ ਹੈ ਸੌਂਚੀ ਪੱਕੀ ਤੇ ਖਿੱਦੋ ਖੁੰਡੀ ਦੀ ਥਾਂ ਹੁਣ ਕਿਹਨੇ ਲੈ ਲਿਆ ਹਾਕੀ ਨੇ ਤੇ ਲੂਣ ਤੇਲ ਲੱਲੇ ਦੀ ਥਾਂ ਹੁਣ ਕ੍ਰਿਕਟ ਨੇ ਤੇ ਪੰਜਾਬਿਆਂ ਦੀ ਰਾਸ਼ਟਰੀ ਖੇਡ ਕਿਹੜੀ ਆ ਕਬੱਡੀ ਪੰਜਾਬਿਆਂ ਦੀ ਰਾਸ਼ਟਰੀ ਖੇਡ ਕਿਹੜੀ ਆ ਕਬੱਡੀ ਤੇ ਕਿਹੜੀ ਖੇਡ ਨਾਲ ਸਭ ਤੋਂ ਸਰੀਰਕਵਲਤਾ ਪ੍ਰਗਟਾਵਾ ਹੁੰਦਾ ਕਬੱਡੀ ਦੇ ਨਾਲ ਕਿਹੜੀਆਂ ਕਿਸਮਾਂ ਕਬੱਡੀ ਦੇ ਹਰਮਨ ਪਿਆਰੇ ਰਹਿ ਜਾਂਦੇ ਨੇ ਤੇ ਲੰਬੀ ਕੌਡੀ ਗੁੰਗੀ ਕੌਡੀ ਠੀਕ ਆ ਸੌਂਚੀ ਪੱਕੀ ਤੇ ਅੱਜਕੱਲ ਕੌਡੀਆਂ ਤਾਂ ਕਿਹੜੀ ਕਬੱਡੀ ਨੇ ਲੈ ਲਈ ਹੈ ਨੈਸ਼ਨਲ ਸਟਾਈਲ ਕਬੱਡੀ ਨੇ ਤੇ ਕਿਹੜੀ ਖੇਡ ਪ੍ਰਾਤਨ ਸਮੇ ਤੋਂ ਹੀ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਨੇ ਤਾਂ ਕੁਸ਼ਤੀਆਂ ਠੀਕ ਹੈ ਤੇ ਅੱਗੇ ਹੈਗਾ ਤਾਜਮਲ ਕਵਤ ਪੜ ਕੇ ਕਵੀ ਦੀ ਹਮਦਰਦੀ ਆਏਗਾ ਕੁਐਸਚਨ ਮੈਂ ਤਾਂ ਹਮਦਰਦ ਸਰੀਸੀ ਕੀ ਆਉਂਦਾ ਇਹ ਸੋਸ਼ਿਤ ਤੇ ਠੀਕ ਹੈ ਤੇ ਹਾਂਜੀ ਅੱਗੇ ਸਹੀ ਗਲਤ ਨੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਇਸ ਲਈ ਹੋਇਆ ਸੀ ਕਿਉਂਕਿ ਉਸਨੇ ਤੈ ਕਿਤੇ ਕਿਉਂਕਿ ਉਹ ਤੈ ਕਿਤੇ ਪੈਸੇ ਮੰਗਦਾ ਸੀ ਤਾਂ ਗਲਤ ਤਾਂ ਕਿਉਂਕਿ ਉਹ ਤੈ ਕਿਤੇ ਪੈਸੇ ਤੋਂ ਵੱਧ ਮੰਗ ਰਿਹਾ ਸੀ ਪੈਸੇ ਦਾ ਤੈ ਹੋ ਸੀ 2 ਰੁਪਏ ਪਰ ਉਹ 3 ਰੁਪਏ ਮੰਗ ਰਿਹਾ ਸੀ ਠੀਕ ਹੈ ਅਗਲਾ ਹੈਗਾ ਨੀਲੀ ਦੀ ਬੱਚੀ ਦੀ ਸ਼ਕਲ ਨੀਰੀ ਪੂਰੀ ਨੀਲੀ ਵਰਗੀ ਸੀ ਸੋਹਣੀ ਸੋਹਣੀ ਸੁਨੱਖੀ ਸੀ ਨੀਲੀ ਗਾਂ ਠੀਕ ਹੈ ਗੋਰੀ ਚਿੱਟੀ ਤਾਂ ਉਹਦੀ ਬੱਚੀ ਵੀ ਉਵੇਂ ਦੀ ਸੀ ਬਿਲਕੁਲ ਠੀਕ ਹੈ ਅੱਗੇ ਹੈਗਾ ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰਿਕ ਕਲਚਰ ਸ਼ਬਦੇ ਵੀ ਮੈਂ ਤੁਹਾਨੂੰ ਹੁਣੇ ਡਿਸਕਸ ਕੀਤਾ ਤਾਂ ਟਰੂ ਹੈ ਇਹ ਵੀ ਤੇ ਨੈਕਸਟ ਹੈਗਾ ਬਾਗ ਦੀ ਕਢਾਈ ਦੀ ਲੋਕ ਕਲਾ ਵਿੱਚ ਵਿਸ਼ੇਸ਼ ਥਾਂ ਨਹੀਂ ਹੈ ਤਾਂ ਇਹ ਗਲਤ ਹੈ ਠੀਕ ਹੈ ਕਿਉਂਕਿ ਬਾਗ ਦੀ ਕਢਾਈ ਦੀ ਲੋਕ ਕਲਾ ਦੇ ਵਿੱਚ ਵਿਸ਼ੇਸ਼ ਥਾਂ ਹੈ ਇਹਦੇ ਵਿੱਚ ਹੋਰ ਕੁਐਸਚਨਸ ਜਿਵੇਂ ਸੰਸਕ੍ਰਿਤ ਦੇ ਵਿੱਚ ਹੱਥ ਨੂੰ ਕੀ ਕਹਿੰਦੇ ਨੇ ਤਾਂ ਸੰਸਕ੍ਰਿਤ ਦੇ ਵਿੱਚ ਹੱਥ ਨੂੰ ਕਰ ਕਿਹਾ ਜਾਂਦਾ ਕਰ ਠੀਕ ਹੈ ਕਰ ਕਿਹਾ ਜਾਂਦਾ ਤੇ ਹੱਥ ਨਾਲ ਕੀਤੇ ਕੰਮ ਨੂੰ ਕਾਰ ਕਰਨੀ ਕਹਿੰਦੇ ਨੇ ਤੇ ਲੋਹਾਰਸ ਨਾਲ ਕਿਹੜੇ-ਕਿਹੜੇ ਬਣਾਉਂਦੇ ਨੇ ਤੁਹਾਨੂੰ ਪਤਾ ਹੀ ਹੁੰਦਾ ਕੁਐਸਚਨਸ ਤੇ ਇਸ ਤੋਂ ਇਲਾਵਾ ਜਿਹੜੇ ਕੀ ਆਹਾਂ ਫੁਲਕਾਰੀ ਖੱਦਰ ਦੇ ਕੱਪੜੇ ਦੀ ਹੁੰਦੀ ਹੈ ਠੀਕ ਉਹਦੇ ਕੱਢੇ ਜਾਂਦੀ ਹੈ ਇਹ ਫੁਲਕਾਰੀ ਖੱਦਰ ਦੇ ਕੱਪੜੇ ਦੇ ਤੇ ਤੇਲੀ ਕੋਲੂ ਨਾਲ ਕਈ ਪ੍ਰਕਾਰ ਦੇ ਬੀਜਾਂ ਵਿੱਚੋਂ ਤੇਲ ਕੱਢਣ ਦਾ ਕੰਮ ਕਰਦਾ ਠੀਕ ਹੈ ਤੇ ਮੁੰਡੇ ਕੁੜੀਆਂ ਦੇ ਜਿਹੜੇ ਕੀ ਭਾਵ ਆਪਾਂ ਕਹਿ ਸਕਦੇ ਇਸਤਰੀਆਂ ਤੇ ਮਰਦਾਂ ਦੇ ਜਿਹੜੇ ਕਿਹੜੇ-ਕਿਹੜੇ ਗਹਿਣੇ ਨੇ ਇਹ ਵੀ ਤੁਸੀਂ ਯਾਦ ਕਰ ਲੈਣੇ ਨੇ ਕਿਉਂਕਿ ਗਹਿਣੇ 'ਚ ਵੀ ਕਿੰਨੀ ਵਾਰ ਕੁਐਸਚਨ ਪੁੱਛਲੇ ਜਾਂਦੇ ਹੁੰਦੇ ਨੇ ਵੀ ਇਹ ਕਿਹੜਾ ਗਹਿਣਾ ਠੀਕ ਹੈ ਕਿਸ ਦਾ ਤੇ ਤੰਦੇ ਦੇ ਵਿੱਚ ਤੰਦਾ ਕੀ ਹੁੰਦਾ ਤੰਦੇ ਦੇ ਕਿੱਤੇ ਨੂੰ ਕੀ ਫਰਕ ਸਮਝ ਆਉਂਦਾ ਤੰਦਾ ਜਿਹੜੇ ਕੀ ਤੰਦੇ ਦੇ ਵਿੱਚ ਹੁੰਦਾ ਪੈਸਾ ਪ੍ਰਦਾਨ ਹੁੰਦਾ ਠੀਕ ਹੈ ਤੇ ਕਿੱਤੇ ਦੇ ਵਿੱਚ ਕਿਰਤ ਹੁੰਦੀ ਹੈ ਯਾਦ ਰੱਖਣਾ ਤੇ ਤੰਦ ਪਿੱਟਣਾ ਭਾਵ ਕੀ ਔਖਾ ਕੰਮ ਠੀਕ ਹੈ ਪੇਚੀ ਦਾ ਕੰਮ ਨੂੰ ਕੋਰਖਾ ਤੰਦਾ ਵੀ ਕਿਹਾ ਜਾਂਦਾ ਹੈ ਤੇ ਫੁਲਕਾਰੀ ਦੇ ਵਿੱਚੋਂ ਵੀ ਕੁਐਸਚਨ ਪੁੱਛਲੇ ਜਾਂਦੇ ਹੁੰਦੇ ਨੇ ਵਿਆਹ ਦੀਆਂ ਫੁਲਕਾਰੀਆਂ ਕਿਹੜੀਆਂ-ਕਿਹੜੀਆਂ ਤਾਂ ਵਿਆਹ ਦੀਆਂ ਫੁਲਕਾਰੀਆਂ ਹੈਗੀਆਂ ਨੇ ਚੋਪ ਤੇ ਸੁਬਰ ਇਹ ਵਿਆਹ ਦੀਆਂ ਫੁਲਕਾਰੀਆਂ ਨੇ ਠੀਕ ਹੈ ਤੇ ਇਹ ਦੋਵੇਂ ਫੁਲਕਾਰੇ ਨਾਲਖਸ਼ਕ ਦੇ ਵਿੱਚ ਆਉਂਦੇ ਹੁੰਦੇ ਨੇ ਤੇ ਚੋਪ ਉਸ ਧਾਰਮਿਕ ਫੁਲਕਾਰੀ ਨਾਲੋਂ ਕੁਝ ਵੱਡੀ ਹੁੰਦੀ ਹੈ ਤੇ ਸੁਬਰ ਗੂੜੇ ਲਾਲ ਰੰਗ ਦੀ ਹੁੰਦੀ ਹੈ ਠੀਕ ਹੈ ਤੇ ਗੂੜੇ ਲਾਲ ਰੰਗ ਦੀ ਹੁੰਦੀ ਹੈ ਸੁੱਬਰ ਤੇ ਦੋਨੋਂ ਤਾਂ ਇਹ ਨਾਨਕ ਨਾਨਕ ਸ਼ੱਕ ਦੇ ਵਿੱਚ ਆਉਂਦੇ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਸੁੱਬਰ ਫਲਕਾਰੀ ਹੈ ਇਹਨੂੰ ਵਿਆਹ ਸਮੇ ਫੇਰਾ ਫੇਰੇ ਜਦੋਂ ਵਿਆਹ ਦੇ ਵਿੱਚ ਫੇਰੇ ਹੋ ਰਹੇ ਹੁੰਦੇ ਨੇ ਤਾਂ ਲਾੜੀ ਆਪਣੇ ਸਿਰ ਤੇ ਰੱਖਦੀ ਹੈ ਉਹ ਹੁੰਦੀ ਹੈ ਸੁੱਬਰ ਠੀਕ ਹੈ ਤੇ ਤਿਲ ਪੱਤਰਾ ਸਧਾਰਨ ਕਿਸਮ ਦੀ ਫਲਕਾਰੀ ਹੁੰਦੀ ਹੈ ਤਿਲ ਪੱਤਰਾ ਤੇ ਨੀਲਕ ਵੰਗੀ ਵਾਲੀ ਜਿਹੜੀ ਹੁੰਦੀ ਉਹ ਨੀਲੇ ਖੱਦਰ ਦੇ ਕੱਪੜੇ ਤੇ ਕੱਢੀ ਜਾਂਦੀ ਹੈ ਸ਼ਾਸਤਰੀ ਕਲਾ ਦੇ ਨਿਯਮ ਕਹੇ ਜਾਂਦੇ ਹਨ ਤਾਂ ਬੱਚਵੇਂ ਨਿਯਮ ਹੁੰਦੇ ਨੇ ਨਿਯਮਬੱਧ ਹੁੰਦੇ ਨੇ ਠੀਕ ਹੈ ਇਹ ਵਿੱਚ ਨਿਯਮ ਜ਼ਿਆਦਾ ਹੁੰਦੇ ਨੇ ਤੇ ਲੋਕ ਕੀਤਾ ਕਿਸ ਨੂੰ ਕਹਿੰਦੇ ਪਿਤਾ ਪੁਰਖੀ ਪਿਤਾ ਪੁਰਖੀ ਜਿਹੜਾ ਕੰਮ ਹੁੰਦਾ ਉਹਨੂੰ ਲੋਕ ਕੀਤਾ ਕਹਿੰਦੇ ਨੇ ਠੀਕ ਆ ਲੋਕ ਕੀਤਾ ਕਹਿੰਦੇ ਨੇ ਪਿਤਾ ਪੁਰਖੀ ਕੰਮ ਨੂੰ ਤੇ ਘੜਾ ਚਾਟੀ ਕੁਜਾ ਦੀਵਾ ਬਲਣੇ ਕੌਣ ਬਣਾਉਂਦਾ ਘੁਮਿਆਰ ਬਣਾਉਂਦਾ ਲੋਕ ਕਲਾ ਦੀ ਇਹ ਲੋਹਿੰਦੀ ਸਮਗਰੀ ਕਿੱਥੋਂ ਪ੍ਰਾਪਤ ਹੁੰਦੀ ਹੈ ਤਾਂ ਚੋਗਿਰਦੇ ਦੇ ਵਿੱਚੋਂ ਜਾਂ ਤੁਸੀਂ ਕਹਿ ਸਕਦੇ ਹੋ ਕਿ ਆਲੇ ਦੁਆਲੇ ਤੋਂ ਤੇ ਬਾਗ ਦੇ ਫੁਲਕਾਰੀ ਦੇ ਘੜਾ ਕਿਸ ਕੱਪੜੇ ਉੱਤੇ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਦੱਸ ਦਿੱਤਾ ਕਿ ਰੰਗੇ ਹੋਏ ਖੱਦਰ ਉੱਤੇ ਠੀਕ ਹੈ ਖੱਦਰ ਉੱਤੇ ਤੇ ਸ਼ਾਸਤਰੀ ਕਲਾ ਨਿਯਮ ਕਿਹਾ ਜਾਂਦੇ ਨੇ ਨਿਯਮਵਾਦ ਨੇ ਲਿਖਤੀ ਨਿਯਮ ਨੇ ਕਾਗਜ਼ ਗੱਤਰਾ ਲਾ ਕੇ ਬੋਈਏ ਤੇ ਗੋਟੇ ਕਿਹੜੀ ਮਿੱਟੀ ਤੋਂ ਬਣਾਉਂਦੇ ਨੇ ਪਾਂਡੂ ਮਿੱਟੀ ਜਾਂ ਚੀਕਣੀ ਮਿੱਟੀ ਤੋਂ ਅੱਗੇ ਹੈ ਲੋਕਿੱਤੇ ਵਿੱਚ ਉਹਨੂੰ ਕੀ ਮੰਨਿਆ ਜਾਂਦਾ ਜੋ ਆਪਣੇ ਕੰਮ ਦੇ ਵਿੱਚਨ ਪੂਨ ਹੁੰਦਾ ਤਾਂ ਉਹਨੂੰ ਕਹਿੰਦੇ ਨੇ ਉਸਤਾਦ ਨੈਕਸਟ ਆ ਪੁਰਾਣੇ ਪੰਜਾਬ ਨੂੰ ਆਵਾਜ਼ ਆਵਾਜ਼ਾਂ ਕਵਤਾ ਵਿੱਚ ਕਵੀ ਨੂੰ ਮਨੁੱਖ ਦੀ ਪੂਜਾ ਦੀ ਥਾਂ ਤੇ ਠਿੱਕਰਿਆਂ ਦੀ ਪੂਜਾ ਕਰਨ ਦਾ ਦੁੱਖ ਹੈ ਤਾਂ ਇਹ ਠੀਕ ਹੈ ਕਿ ਮਨੁੱਖ ਜਿਹੜੇ ਕਿ ਮਨੁੱਖਾਂ ਦੀ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ ਤੇ ਵੀ ਉਹ ਠਿੱਕਰਿਆਂ ਦੀ ਪੂਜਾ ਕਰ ਰਹੇ ਆ ਠੀਕ ਹੈ ਠਿੱਕਰੇ ਮਤਲਬ ਕਿ ਪੈਸੇ ਪ੍ਰਦਾਨ ਹੋ ਗਿਆ ਤਾਂ ਠੀਕ ਹੈ ਤੇ ਇੱਕ ਲੋਕਨਾਚ ਦੇ ਤਾਂ ਹੋ ਗਏ ਕੁਐਸਚਨ ਆਪਣੇ ਇੱਕ ਨਕਲਾਂ ਵਾਲੇ ਚੈਪਟਰ ਚੋਂ ਵੀ ਆ ਜਾਂਦਾ ਹੁੰਦਾ ਪੰਜਾਬ ਦੀਆਂ ਨਕਲਾਂ ਠੀਕ ਹੈ ਪਿਆਰਾ ਸਿੰਘ ਖੁੰਡਾ ਦੀ ਇਹ ਲੋਕ ਨਕਲਾਂ ਨੂੰ ਹੋਰ ਵੀ ਕੀ ਕਹਿੰਦੇ ਨੇ ਤਾਂ ਪੰਡ ਪੰਡੋਤੀ ਕਹਿੰਦੇ ਨੇ ਠੀਕ ਹੈ ਲੋਕ ਨਕਲਾਂ ਨੂੰ ਹੋਰ ਕੀ ਕਹਿੰਦੇ ਨੇ ਪੰਡ ਪੰਡੋਤੀ ਤੇ ਨਕਲਾ ਕਰਨ ਵਾਲੇ ਕਲਾਕਾਰ ਨੂੰ ਕਹਿੰਦੇ ਨੇ ਨਕਲੀਏ ਠੀਕ ਹੈ ਨਕਲੀਆ ਨਕਲਾਂ ਕਰਨ ਵਾਲੇ ਨੂੰ ਕੀ ਕਹਿੰਦੇ ਨੇ ਨਕਲੀਆ ਤੇ ਰੂਪ ਦੇ ਪੱਖ ਤੋਂ ਨਕਲਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਠੀਕ ਹੈ ਲੰਬੀਆਂ ਛੋਟੀਆਂ ਨਿੱਕੀਆਂ ਨਕਲਾਂ ਨੂੰ ਕਿੰਨੇ ਕਲਾਕਰ ਖੇਡਦੇ ਨੇ ਦੋ ਖੇਡਦੇ ਨੇ ਤੇ ਉਹ ਕਿਹੜੀਆਂ ਨਕਲਾਂ ਹੁੰਦੀਆਂ ਨੇ ਜ ਜਿਨ੍ਹਾਂ ਨੂੰ ਕੇਵਲ ਦੋ ਹੀ ਕਲਾਕਾਰ ਖੇਡਦੇ ਨੇ ਨਿੱਕੀਆਂ ਨਕਲਾਂ ਠੀਕ ਹੈ ਤੇ ਹੋਰ ਜੋ ਕੁਸਚਨ ਨਾ ਕਾਫੀ ਪੁੱਛਲੇ ਜਾਂਦੇ ਹਨ ਮੈਂ ਤੁਹਾਡਾ ਡਿਸਕਸ ਕਰਦੀ ਆ ਇਹਦੇ ਵਿੱਚ ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਤੇ ਬਿਗਲਾ ਹੁੰਦੇ ਨੇ ਰੰਗਾ ਤੇ ਬਿਗਲਾ ਕਿਹੜੀਆਂ ਨਕਲਾਂ ਦੇ ਵਿੱਚ ਹੁੰਦੇ ਨੇ ਲੰਮੀਆਂ ਨਕਲਾਂ ਦੇ ਵਿੱਚ ਲੰਮੀਆਂ ਨਕਲਾਂ ਦੇ ਵਿੱਚ ਜਿਹੜੇ ਕਿ ਆਪਾਂ ਕਹਿ ਸਕਦੇ ਕਿ ਮੁੱਖ ਪਾਤਰ ਕਿਹੜੇ-ਕਿਹੜੇ ਹੁੰਦੇ ਨੇ ਰੰਗਾ ਤੇ ਬਿਗਲਾ ਰੰਗਾ ਤੇ ਬਿਗਲਾ ਹੁੰਦੇ ਨੇ ਤੇ ਜਿਹਦੇ ਵਿੱਚ ਸ਼ਬਦਾਂ ਦਾ ਮਹਿਲ ਰੰਗਾ ਉਸਾਰ ਦਾ ਰੰਗਾ ਸ਼ਬਦਾਂ ਦਾ ਮਹਿਲ ਉਸਾਰ ਦਾ ਤੇ ਜਿਹਦੇ ਵਿੱਚੋਂ ਬਿਗਲਾ ਭਾਵ ਕੀ ਵਿਗੜਿਆ ਹੋਇਆ ਬਿਗਲਾ ਕਿਹੜੇ ਸ਼ਬਦ ਤੋਂ ਬਣਿਆ ਵਿਗੜੇ ਹੋਏ ਸ਼ਬਦ ਵਿਗੜੇ ਹੋਤੋਂ ਬਣਿਆ ਠੀਕ ਹੈ ਤੇ ਇਹ ਜਿਹੜੇ ਕਿ ਢਾ ਦੰਦਾ ਬਿਗਲਾ ਨਕਲਾਂ ਦਾ ਕਿਹੋ ਜਿਹਾ ਅਦਾਕਾਰ ਹੁੰਦਾ ਬਿਗਲਾ ਹੁੰਦਾ ਮਖੌਲੀਆ ਠੀਕ ਹੈ ਬਿਗਲਾ ਮਖੌਲੀਆ ਪਾਤਰ ਹੁੰਦਾ ਤੇ ਨਕਲਾਂ ਵਿੱਚ ਕਿਸ ਦੀ ਭੂਮਿਕਾ ਜ਼ਿਆਦਾ ਅਹਿਮ ਹੁੰਦੀ ਹੈ ਦਰਸ਼ਕਾਂ ਦੀ ਆਡੀਅנס ਦੀ ਤੇ ਕਿਹੜੇ-ਕਿਹੜੇ ਮੌਕੇ ਤੇ ਖੇਡੇ ਜਾਂਦੇ ਨੇ ਇਹ ਠੀਕ ਆ ਮੁੰਡੇ ਦਾ ਜਨਮ ਤੇ ਮੁੰਡੇ ਦੇ ਵਿਆਹ ਤੇ ਮੇਲੇ ਤੇ ਤਿਹਾਰਾਂ ਤੇ ਤੇ ਇਹਨਾਂ ਦੇ ਲਈ ਪੀੜ ਕਹੇ ਜਾਂ ਹੁੰਦੇ ਨੇ ਪੀੜਾ ਜਿਹੜੇ ਕਿ ਇਹਦੇ ਵਿੱਚ ਹੁੰਦੇ ਨੇ ਇੱਕ ਤਾਂ ਇਹਦੇ ਵਿੱਚ ਪੀੜਾ ਤਿੰਨ ਤਰੀਕੇ ਦਾ ਹੁੰਦੇ ਨੇ ਘਗਰੀ ਠੀਕ ਹੈ ਤੀਰ ਕਮਾਨੀ ਤੇ ਦਰਖਤ ਵਾਲਾ ਥਾੜਾ ਤੇ ਇੱਕ ਇਹਦੇ ਵਿੱਚ ਕੁਐਸਚਨ ਆ ਜਾਣਾ ਹੁੰਦਾ ਕਈ ਵਾਰ ਕੀ ਲਿਖਤੀ ਰੂਪ ਦੇ ਵਿੱਚ ਆ ਕੇ ਨਕਲਾਂ ਦੀ ਹਾਲਤ ਕਿਹੋ ਜੀ ਹੈ ਹੁਣ ਸਥਿਰ ਤੇ ਨਿਰਜੀਵ ਨੇ ਤੇ ਪੰਡ ਕਿਸ ਨੂੰ ਕਹਿੰਦੇ ਨੇ ਪੰਡੇ ਕਰਨ ਵਾਲੇ ਨੂੰ ਪੰਡ ਕਿਹਾ ਜਾਂਦਾ ਹੈ ਤੇ ਕਦੀ ਕਦੀ ਤਿਹਾਰ ਉਤੇ ਆਮ ਲੋਕ ਇਕੱਠੇ ਹੋਗੇ ਕਿਸੇ ਨੂੰ ਸੱਦ ਲੈਂਦੇ ਨੇ ਨਕਲੀਆਂ ਨੂੰ ਤੇ ਇੱਕ ਪੈਸੇ ਮਿਲਣ ਤੇ ਨਕਲੀਆਂ ਨਕਲਾਂ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਦੇ ਵਿੱਚ ਕੀ ਲਾਉਣ ਦਾ ਕੀ ਕਰਦੇ ਨੇ ਵੇਲ ਬਾਕੀ ਹੁਣ ਆਪਾਂ ਕੁਐਸਚਨ ਕਰਦੇ ਆ ਪੇਸ਼ ਕਰਦੇ ਆ ਪੱਖੋਂ ਨਕਲਾਂ ਦੇ ਕਿਹੜੇ ਕਿਹੜੇ ਕਿਸਮਾਂ ਨੇ ਪਹਿਲਾਂ ਆਪਾਂ ਕੁਐਸਚਨਸ ਦੇਖ ਲੈਣਾ ਫਿਰ ਇਹਨਾਂ ਦੇ ਆਨਸਰ ਦੇਖਾਂਗੇ ਪੰਜਾਬੀ ਸੱਭਿਆਚਾਰ ਆਊਗਾ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਦੇ ਵਿੱਚ ਕਿਹੜੇ-ਕਿਹੜੇ ਤਬਦੀਲੀਆਂ ਆਈਆਂ ਨੇ ਇਹ ਨਾਲ ਚਾਨਣ ਪਾਉਣਾ ਪੰਜਾਬ ਦੇ ਮੇਲਿਆਂ ਦੀ ਕਿਹੜੇ-ਕਿਹੜੇ ਵਿਸ਼ੇਸ਼ਤਾ ਨੇ ਤੇ ਸ਼ੱਕਰ ਭੀਜੀ ਹੈ ਸ਼ੱਕਰ ਭੀਜੀ ਠੀਕ ਹੈ ਸ਼ੱਕਰ ਭੀਜੀ ਲੋਕ ਖੇਡਾਂ ਬਾਰੇ ਜਾਣਕਾਰੀ ਦੇਣਾ ਲੋਕੀਤੇ ਦੀ ਵਿਸ਼ੇਸ਼ਤਾ ਉਦਾਹਰਨਾਂ ਸਹਿਤ ਹੋਣ ਇਹਨਾਂ ਦੇ ਆਨਸਰ ਦੇਖਦੇ ਆਪਾਂ ਤੇ ਸਟੂਡੈਂਟਸ ਇਹ ਪੰਜ ਆਉਣਗੇ ਪੰਜਾਂ ਦੇ ਵਿੱਚੋਂ ਤੁਸੀਂ ਕੋਈ ਦੋ ਦੇ ਆਨਸਰ ਕਰਨੇ ਹੋਣਗੇ ਠੀਕ ਹੈ ਦੋ ਦੇ ਆਨਸਰ ਕਰਨੇ ਹੋਣਗੇ ਕਿਸੇ ਦੇ ਵੀ ਦੋ ਦੇ ਜਿਹੜੇ ਤੁਹਾਨੂੰ ਆਉਂਦੇ ਹੋਣਗੇ ਮਤਲਬ ਕਿ ਕਾਫੀ ਚੁਆਇਸ ਹੋ ਗਈ ਇੱਥੇ ਤੁਹਾਡੇ ਲਈ ਕੁਐਸਚਨ ਆਨਸਰਾਂ ਦੇ ਵਿੱਚੋਂ ਤੇ ਮੈਂ ਤੁਹਾਨੂੰ ਇਹ ਵੀ ਦੱਸਿਆ ਹੋਇਆ ਕਿ ਕਿੰਨੇ ਤੁਸੀਂ ਕਿੰਨੇ ਚੈਪਟਰਾਂ ਦੇ ਕੁਐਸਚਨਾਂ ਦਾ ਉਤਰ ਕਰਨੇ ਨੇ ਕਿਹੜੇ-ਕਿਹੜੇ ਪੱਤਰ ਤੁਸੀਂ ਕਰਨੇ ਨੇ ਕਿਹੜੇ-ਕਿਹੜੇ ਕਹਾਣੀਆਂ ਕਰਨੀਆਂ ਨੇ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਪਾਸਿੰਗ ਫਾਰਮੂਲੇ ਵਾਲੀ ਵੀਡੀਓ 'ਚ ਸਭ ਕੁਝ ਡਿਸਕਸ਼ਨ ਹੈ। ਹਾਂਜੀ ਕੁਐਸਚਨ ਦੇਖਦੇ ਆ ਕਿਹੜੀ-ਕਿਹੜੀ ਵਿਸ਼ੇਸ਼ਤਾ ਮੇਲਾ ਇੱਕੋ ਇੱਕ ਜਗ੍ਹਾ ਇਕੱਠਾ ਹੁੰਦਾ ਜਿਸ ਦੇ ਵਿੱਚ ਸਾਰੇ ਲਾੜੇ ਬਣੇਦੇ ਹੁੰਦੇ ਨੇ ਭਾਵ ਕਿ ਸਾਰੇ ਲਾੜੇ ਬਣੇ ਹੁੰਦੇ ਨੇ ਕੋਈ ਬਰਾਤੀ ਨਹੀਂ ਹੁੰਦਾ ਸਾਰੇ ਆਪਣੇ ਆਪ ਨੂੰ ਲਾੜੇ ਦੀ ਤਰ੍ਹਾਂ ਸਮਝਦੇ ਨੇ ਪੰਜਾਬੀ ਦਾ ਮੇਲੇ ਵਿੱਚ ਸੱਚਮੁੱਚ ਲਾੜਾ ਬਣਾ ਫਿਰਦਾ ਹੁੰਦਾ ਉਹਦਾ ਨਿਜ ਭਾਵ ਕਿ ਉਹਦਾ ਖੁਦ ਜਿਹੜੇ ਕਿ ਆ ਤੇ ਮੇਲੇ ਦਾ ਹਰ ਦਿਰਿਸ਼ਮਨ ਮਨਮੋਹਣਾ ਸੁਹਾਵਣਾ ਹੁੰਦਾ ਲੋਹਾਵਣਾ ਹੁੰਦਾ ਮਾਨੂੰ 모ਹਣ ਵਾਲਾ ਹੁੰਦਾ ਠੀਕ ਆ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਪੰਜਾਬੀ ਹਰ ਪੁਰਬ ਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਜ਼ਰੂਰ ਲੈਂਦੇ ਨੇ ਇਸ ਲਈ ਹਰ ਮੇਲੇ ਵਿੱਚ ਇੱਕ ਇੱਕ ਬਾਜ਼ਾਰ ਉਬਰਿਆ ਹੋਆ ਹੁੰਦਾ ਜਿੱਦੇ ਖਾਣ ਪੀਣ ਦੇ ਵਨਸ ਬਣੀਆਂ ਚੀਜ਼ਾਂ ਦੇ ਨਾਲ-ਨਾਲ ਨਿਤ ਵਰਤੋਂ ਦੀਆਂ ਨਿੱਕ ਸੁੱਕ ਜਿਹੜੇ ਕਿ ਚੂੜੀਆਂ ਵੰਗਾ ਹਾਰ ਸ਼ਿੰਗਾਰ ਤੇ ਖੜਾਉਣੇ ਆਦੀਆਂ ਦੁਕਾਨਾਂ ਵੀ ਹੁੰਦੀਆਂ ਨੇ ਤੇ ਇਲਾਕੇ ਦਾ ਕਲਾਕਾਰ ਤੇ ਸ਼ਿਲਪੀ ਆਪੋ ਆਪਣੀ ਕਲਾ ਦੇ ਸੁੰਦਰ ਕਿਰਤਾਂ ਵੀ ਉੱਥੇ ਜਿਹੜੀ ਕਿ ਦਿਖਾਉਂਦੇ ਨੇ ਤੇ ਬਾਕੀ ਦੂਸੇ ਕੁਐਸਚਨਸ ਪੜੇ ਲੈਣੇ ਨੇ ਤੇ ਨੈਕਸਟ ਹੈਗਾ ਕਿ ਅੱਡੀ ਛੜੱਪਾ ਖੇਡ ਹਾਂਜੀ ਇਹ ਤਾਂ ਮੁੰਡੇ ਕੁੜੀਆਂ ਦਾ ਸ਼ੱਕਰਪੀਜੀ ਸ਼ੱਕਰਪੀਜੀ ਮੁੰਡੇ ਕੁੜੀਆਂ ਦਾ ਹਰਮਣ ਪਿਆਰੀ ਖੇਡ ਹੈ ਇਹਦੇ ਵਿੱਚ ਦੋ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ ਇੱਕ ਟੋਲੀ ਦੇ ਵਿੱਚ ਜਿਹੜੀ ਕਿ ਚਾਰ ਪੰਜ ਖੜਿਆਰੀ ਹੁੰਦੇ ਨੇ ਜਿਸ ਟੋਲੀ ਦੀ ਜਦ ਰਟਨ ਆ ਜਾਂਦੀ ਹੈ ਵਾਰੀ ਆ ਜਾਂਦੀ ਹੈ ਤਾਂ ਇੱਕੋ ਦੂਜੇ ਦਾ ਲੱਕ ਫੜ ਕੇ ਕੁੱਪੇ ਹੋ ਕੇ ਖਲੋ ਜਾਂਦੇ ਨੇ ਤੇ ਇਸ ਟੋਲੀ ਦਾ ਜਿਹੜਾ ਮੋਰਲਾ ਬੱਚਾ ਹੁੰਦਾ ਕਿਸੇ ਦਰਖਤ ਦਾ ਜਾਂ ਕੰਧ ਦਾ ਸਹਾਰਾ ਲੈ ਕੇ ਖੜਾ ਹੋ ਜਾਂਦਾ ਠੀਕ ਹੈ ਭਾਬੀ ਜਿਹੜਾ ਪਹਿਲਾ ਬੱਚਾ ਹੋ ਜਾਂਦਾ ਕੰਦਾ ਸਹਾਰਾ ਲੈ ਲੈਂਦਾ ਫਿਰ ਅੱਗੇ ਅੱਗੇ ਜਿਹੜੇ ਕਿ ਖੜ ਜਾਂਦੇ ਨੇ ਇਹ ਕੁਬੇ ਹੋ ਕੇ ਤੇ ਜਿਸ ਦੇ ਵਿੱਚ ਆ ਆਸਰੇ ਲਈ ਜੇ ਦੋਵੇਂ ਚੀਜ਼ਾਂ ਦਾ ਨਾ ਹੋਣ ਤਾਂ ਆਪਣੇ ਗੋਡਿਆਂ ਤੇ ਹੀ ਹੱਥ ਰੱਖ ਕੇ ਜਿਹੜੇ ਕਿ ਖਲੋ ਜਾਂਦੇ ਨੇ ਫਿਰ ਬੱਚੇ ਇਹ ਤਾਂ ਦੂਜੀ ਟੋਲੀ ਆ ਜਿਹੜੇ ਕਿ ਖੜਿਆਰਿਆਂ ਦੇ ਵਿੱਚੋਂ ਇੱਕ ਜਣਾ ਦੂਰੋਂ ਦੌੜ ਕੇ ਬਲੂਕੀ ਮਾਰਕੀਟ ਝੁਕੇ ਹੋਏ ਕਤਾਰ ਦੇ ਵਿੱਚ ਖੜੋਤੇ ਖੜਿਆਰਿਆਂ ਦੀ ਪਿੱਠੂ ਉੱਤੇ ਜਿਹੜੇ ਕਿ ਉੱਠ ਬੈਠਦਾ ਤੇ ਇਸ ਤਰ੍ਹਾਂ ਸਾਰੇ ਖੜਿਆਰੀ ਲੰਬੀ ਘੋੜੀ ਜਿਹੜੇ ਕਿ ਤੇ ਚੜਦੇ ਨੇ ਜਦੋਂ ਸਾਰੇ ਜਣੇ ਚੜ ਜਾਂਦੇ ਤਾਂ ਉਹ ਵੀ ਇੱਕ ਦੂਜੇ ਨੂੰ ਜਿਹੜੇ ਕਿ ਲੱਕ ਫੜਦੇ ਨੇ ਤੇ ਆਪਣੀਆਂ ਟੰਗਾ ਹੇਠਲੇ ਵਾਲਿਆਂ ਤੇ ਪੈਰਾਂ ਪੈਰ ਧਰਤੀ ਤੇ ਲਾਉਣ ਦੀ ਕੋਸ਼ਿਸ਼ ਕਰਦੀ ਹੈ ਠੀਕ ਹੈ ਜੇ ਉਹ ਭਾਵ ਕਿ ਜਿਹੜੀ ਨੀਚੇ ਵਾਲੇ ਹੁੰਦੇ ਨੇ ਉਹਨਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਡਿੱਗ ਜਾਣ ਠੀਕ ਹੈ ਤੇ ਜੇ ਉੱਪਰ ਵਾਲੇ ਕਿਸੇ ਸਵਾਰ ਦੇ ਪੈਰ ਧਰਤੀ ਨਾਲ ਛੂਹ ਜਾਣ ਜਦੋਂ ਹਿੱਲਦੇ ਨੇ ਤਾਂ ਉਹ ਟੋਲੀ ਦੀ ਜਿਹੜੀ ਕਿ ਸਾਰੀ ਟਰਨ ਕੱਟੀ ਜਾਂਦੀ ਹੁੰਦੀ ਹੈ ਤੇ ਇਸ ਦੇ ਵਿੱਚ ਫਿਰ ਉਹ ਬੋਲਦੇ ਕਿ ਨੇ ਜੇਕਰ ਕਿਸੇ ਦਾ ਵੀ ਪੈਰ ਧਰਤੀ ਤੇ ਨਾ ਲੱਗੇ ਤਾਂ ਉਹ ਹੇਟਲੀ ਟੋਲੀ ਖੜੋਤੀ ਥੱਕ ਜਾਵੇ ਤਾਂ ਉੱਪਰਲੇ ਸਵਾਲ ਪੁੱਛਦੇ ਨੇ ਸ਼ੱਕਰ ਭਿੱਜੀ ਕਿ ਨਾ ਜੇ ਹੇਟਲੀ ਟੋਲੀ ਹਾਂ ਕਹਿ ਦਵੇ ਤਾਂ ਉਹਨਾਂ ਦੀ ਸਵਾਰੀ ਖਤਮ ਹੋ ਜਾਂਦੀ ਹੈ ਤੇ ਹੁਣ ਉੱਪਰਲੇ ਇੱਕ ਦੂਜੇ ਦਾ ਲੱਕ ਫੜ ਕੇ ਖਿਲਾਉਂਦੇ ਨੇ ਫਿਰ ਤੇ ਫਿਰ ਹੇਟਲੇ ਉਹਨਾਂ ਦੀ ਪਹਿਲੀ ਰੀਤੀ ਦੇ ਅਨੁਸਾਰ ਆਪਣੀ ਵਾਰੀ ਉਮੀ ਕਰਦੇ ਨੇ ਜਿਵੇਂ ਪਹਿਲੀ ਪਹਿਲ ਤੋਂ ਚੱਲਦੇ ਨੇ ਨੈਕਸਟ ਅੱਗੇ ਕੁਐਸਚਨ ਹੈਗਾ ਦੇਖੋ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਕੰਨ ਵਿੱਚ ਪਾਏ ਜਾਣ ਵਾਲੇ ਕਿਹੜੇ-ਕਿਹੜੇ ਗਹਿਣੇ ਨੇ ਸਾਰੇ ਯਾਦ ਕਰ ਲੈਣਾ ਨੱਕ ਵਿੱਚ ਪਾਏ ਜਾਣ ਵਾਲੇ ਕਿਹੜੇ-ਕਿਹੜੇ ਗਹਿਣੇ ਨੇ ਕਿਉਂਕਿ ਇਹਨਾਂ ਚੋਂ ਸ਼ਾਰਟ ਕੁਐਸਚਨ ਤੁਹਾਨੂੰ ਕਾਫੀ ਨਿਕਲ ਜਾਂਦੇ ਹੁੰਦੇ ਨੇ ਗਰਦਨ ਵਿੱਚ ਪਾਏ ਜਾਣ ਵਾਲੇ ਗਹਿਣੇ ਠੀਕ ਹੈ ਵੀਣੀ ਭਾਵ ਕੀ ਬਾਹ ਦੇ ਵਿੱਚ ਪਾਏ ਜਾਣ ਵਾਲੇ ਗਹਿਣੇ ਤੇ ਮਰਦਾਂ ਕਿਹੜੇ-ਕਿਹੜੇ ਕਿਹੜੇ-ਕਿਹੜੇ ਗਹਿਣੇ ਪਾਉਂਦੇ ਨੇ ਮਰਦ ਲੋਕ ਕਿਤੇ ਦੀ ਕੀ ਵਿਸ਼ੇਸ਼ਤਾ ਉਦਾਹਰਨਾਂ ਸਹਿਤ ਦੇਣੇ ਨੇ ਹਾਂਜੀ ਲੋਕ ਕਿਤੇ ਦੀ ਵਿਸ਼ੇਸ਼ਤਾ ਕਿ ਸੱਭਿਆਚਾਰ ਤੇ ਰਹਿਤਦਲ ਦੀਆਂ ਜਿਹੜੇ ਕਿ ਜ਼ਰੂਰੀ ਜ਼ਰੂਰਤਾਂ ਨੇ ਲੋੜਾਂ ਨੇ ਜਿਹੜੇ ਕਿ ਜਦ ਇੰਨੀ ਜ਼ਰੂਰੀ ਹੋਣ ਕਿ ਸਮਾਜ ਤੇ ਸੱਭਿਆਚਾਰ ਦੇ ਨਿੱਤ ਪ੍ਰਤੀ ਜੀਵਨ ਦੇ ਵਿੱਚ ਸੁਧਾਰਨ ਤੋਂ ਸੁਧਾਰਨ ਦੇ ਵਿਸ਼ੇਸ਼ ਤੋਂ ਵਿਸ਼ੇਸ਼ ਵਿਅਕਤੀ ਲਈ ਲੋੜਿੰਦਾ ਦੇ ਲਾਹੇਵੰਦ ਹੋਵੇ ਧਾਰਨ ਲਈ ਖੇਤੀ ਭਾਵ ਕੀ ਇਹਦੇ ਵਿੱਚ ਲੋਕ ਕਿਤੇ ਜਿਹੜੇ ਕਿ ਮਹਾਰਤ ਕਰਨੀ ਸਮਾਜ ਦਾ ਜਿਹੜੇ ਕਿ ਵਿਕਾਸ ਹੁੰਦਾ ਜਿਹਦੇ ਵਿੱਚ ਕੀ ਹੈ ਕਿ ਲੋਕਿੱਤਿਆਂ ਦੇ ਵਿੱਚ ਜਿਹੜੇ ਕਿ ਇਹ ਲੋਕਿੱਤੇ ਕੋਈ ਜ਼ਰੂਰਤ ਹੋਈ ਤਾਂ ਹੀ ਪੈਦਾ ਹੋਏ ਨੇ ਜਿਸ ਕਰਕੇ ਸ਼ੁਰੂ ਵਿੱਚ ਮਨੁੱਖ ਉਸ ਲੋੜ ਨੂੰ ਪੂਰਾ ਕਰਨ ਦੇ ਲਈ ਇਕੱਠੇ ਰਲ ਕੇ ਜਿਹੜੇ ਕਿ ਕੰਮ ਕਰਨ ਦਾ ਯਤਨ ਕੀਤਾ ਇਹਨਾਂ ਨੂੰ ਅੱਗੇ-ਅੱਗੇ ਕੀ ਬਣ ਗਏ ਇਹ ਲੋਕਿੱਤੇ ਬਣ ਗਏ ਜਿਨ੍ਹਾਂ ਦੇ ਵਿੱਚ ਇੱਕ ਦੂਜੇ ਦੀ ਜਿਹੜੀ ਕਿ ਹੈਲਪ ਕਰਦੇ ਸੀ ਤੇ ਜਿਵੇਂ ਖੇਤੀ ਦੇ ਲਈ ਸਮਾਨ ਤਿਆਰ ਕਰਦੇ ਸੀ ਠੀਕ ਹੈ ਤੇ ਘਰੇਲੂ ਵਰਤੋਂ ਲਈ ਸਮਾਨ ਨਕਲਾਂ ਕੀ ਨੇ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੇ ਕਿਸਮਾਂ ਠੀਕ ਹੈ ਵੈਸੇ ਵਿਸ਼ੇ ਦੇ ਪੱਖੋਂ ਜੇ ਨਕਲਾਂ ਨੇ ਕਿਸੇ ਨੂੰ ਪੁੱਛਿਆ ਜਾਂ ਤਾਂ ਆਉਂਦੀਆਂ ਨੇ ਜਨਮ ਨਾਲ ਸੰਬੰਧਿਤ ਠੀਕ ਹੈ ਹੂਬ ਹੂ ਵਿਆਹ ਨਾਲ ਸੰਬੰਧਿਤ ਨਕਲਾਂ ਠੀਕ ਹੈ ਕਿੱਤਿਆਂ ਦੇ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਨਕਲਾ ਫਿਰ ਐਵੇਂ ਆਉਣਾ ਵਿਸ਼ੇ ਨਾਲ ਤੇ ਜੇ ਪੇਸ਼ਕਾਰੀ ਪੱਖੋਂ ਪੁੱਛਿਆ ਜਾਵੇ ਫਿਰ ਦੋ ਪ੍ਰਕਾਰ ਦੀਆਂ ਨਿੱਕੀਆਂ ਤੇ ਲੰਬੀਆਂ ਨਕਲਾਂ ਇੰਨੇ ਚ ਕਿੰਨੇ ਕਿੰਨੇ ਪਾਤਰ ਹੁੰਦੇ ਨੇ ਤੁਸੀਂ ਰੀਡ ਕਰ ਲੈਣਾ ਨਿੱਕੇ ਦੇ ਵਿੱਚ ਤਾਂ ਦੋ ਪਾਤਰ ਹੀ ਹੁੰਦੇ ਨੇ ਠੀਕ ਹੈ ਇੱਕ ਰੱਤ ਦੇ ਵਿੱਚ ਚਮੋਟਾ ਹੁੰਦਾ ਦੂਜੇ ਦੇ ਰੱਤ ਵਿੱਚ ਤਬਲਾ ਹੁੰਦਾ ਤੇ ਲੰਬੀਆਂ ਨਕਲਾਂ ਵਿੱਚ 10-15 ਪਾਤਰ ਹੁੰਦੇ ਨੇ ਠੀਕ ਹੈ ਇੱਕ ਇਹਨਾਂ ਦੇ ਵਿੱਚ ਮੁੱਖ ਪਾਤਰ ਇਹਨਾਂ ਚ ਰੰਗਾ ਤੇ ਵਿਗਲਾ ਹੁੰਦੇ ਨੇ ਬਾਕੀ ਇਹਨਾਂ ਵਿੱਚ ਵੈਸੇ ਬਣ ਜਾਂਦੇ ਨੇ ਪਾਤਰ ਇਹ 2-3 ਘੰਟਿਆਂ ਤੱਕ ਚੱਲਦੀ ਹੈ ਹਾਂਜੀ ਇਹ ਸੱਭਿਆਚਾਰ ਵਾਲੇ ਨੇ ਪੰਜਾਬੀ ਸੱਭਿਆਚਾਰ ਵਿੱਚ ਖਾਣ ਵਿੱਚ ਕਿਹੜੀ-ਕਿਹੜੀ ਤਬਦੀਲੀ ਆਈ ਹੈ ਠੀਕ ਹੈ ਆਮ ਜੇ ਕੁਐਸਚਨ ਹੈ ਤਾਂ ਤੁਹਾਨੂੰ ਆਏ ਜਾਂਦੇ ਹੁੰਦੇ ਨੇ ਤੇ ਇਹਨਾਂ ਚੋਂ ਛੋਟੇ ਕੁਐਸਚਨ ਭਾਰਤੀ ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਵਿੱਚ ਕਿਹੜੀ ਲਿਪੀ ਪ੍ਰਚਲਿਤ ਆ ਪੰਜਾਬੀ ਦੀ ਤਾਂ ਭਾਰਤੀ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਆ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਹਮੁਖੀ ਲਿਪੀ ਆ ਪੰਜਾਬੀ ਦੀ ਸਾਨੂੰ ਆਪਣੇ ਪੰਜਾਬੀ ਸੱਭਰ ਤੇ ਅਭਿਮਾਨ ਕਰਨੀ ਥਾ ਤੇ ਕੀ ਕਰਨਾ ਚਾਹੀਦਾ ਮਾਣ ਕਰਨਾ ਚਾਹੀਦਾ ਪ੍ਰਾਊਡ ਤੇ ਪਿੰਡਾਂ ਵਿੱਚ ਸੌਣ ਮਹੀਨੇ ਪੂਰਾ ਕੀ ਚੱਲਦਾ ਰਹਿੰਦਾ ਪੰਦਰਵਾੜਾ ਭਾਗ ਜਿਹਦੇ ਵਿੱਚ ਤੀਆਂ ਪੈਂਦੀਆਂ ਨੇ ਠੀਕ ਹੈ ਤੇ ਨਵੀਂ ਵੀੜੇ ਕਿਹੜੇ ਸਾਧਨਾਂ ਦੀ ਖੁੱਲ ਕੇ ਵਰਤੋਂ ਕਰ ਰਹੀ ਹੈ ਸੰਚਾਰ ਦੇ ਸਾਧਨਾਂ ਦੀ ਪਲਾਸਟਿਕ ਦੇ ਲਫਾਫਿਆਂ ਤੋਂ ਕਿਵੇਂ ਨਿਜਾਤ ਮਿਲ ਸਕਦੀ ਹੈ ਜਦੋਂ ਆਪਾਂ ਝੋਲੇ ਦੀ ਵਰਤੋਂ ਕਰਾਂਗੇ ਠੀਕ ਹੈ ਤੇ ਉਹ ਕਿਹੜੀ ਭਾਸ਼ਾ ਹੈ ਜੋ ਸੱਭਿਆਚਾਰ ਕਲਾਮ ਦੇ ਅੰਤਰਰਾਸ਼ਟਰੀ ਮੰਡੀ ਬਣ ਗਈ ਹੈ ਉਹ ਹੈਗੀ ਹੈ ਅੰਗਰੇਜ਼ੀ ਅੰਗਰੇਜ਼ੀ ਤੇ ਇੱਕ ਕੁਸ਼ਣ ਇਹ ਆ ਜਾਂਦਾ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਪਰਵਰਤਨ ਦੇ ਪਾਠ ਦੇ ਆਧਾਰ ਤੇ ਦੱਸੋ ਕਿ ਇਸ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਵਗਦਾ ਦਰਿਆ ਕਿਹਾ ਗਿਆ ਸੱਭਿਆਚਾਰ ਨੂੰ ਸੱਭਿਆਚਾਰ ਨੂੰ ਨੈਕਸਟ ਆ ਪੱਤਰ ਠੀਕ ਹੈ ਤੁਹਾਡੇ ਕਸਵੇ ਦੇ ਵਿੱਚ ਦੋ ਪਹੀਆ ਵਾਹਨਾਂ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ ਇਸ ਦੇ ਲਈ ਜਿਹੜੇ ਕਿ ਤੁਸੀਂ ਦਿੱਲੀ ਦੀ ਏਜੰਸੀ ਫਰ ਚੱਲੀ ਤਾਂ ਦਿੱਲੀ ਦੀ ਏਜੰਸੀ ਤੋਂ ਲੈਣ ਲਈ ਆਪਣੀ ਯੋਗਤਾ ਸਬਤੋਂ ਦੱਸਦੇ ਹੋਏ ਇੱਕ ਪੱਤਰ ਲਿਖਣਾ ਪੜੇ ਲਿਖੇ ਨੌਜਵਾਨ ਤੁਸੀਂ ਭਾਰਤੀ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਪੱਤਰ ਲਿਖਣਾ ਤੁਸੀਂ ਇਹਦੇ ਵਿੱਚ ਬੀਮਾ ਏਜੰਟ ਬਣਨ ਲਈ ਪੱਤਰ ਲਿਖਣਾ ਠੀਕ ਹੈ ਤੇ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਨੇ ਇਹ ਤੇ ਸੰਖੇਪ ਰਚਨਾ ਸੰਖੇਪ ਰਚਨਾ ਪਹਿਲਾਂ ਉਸ ਧਿਆਨ ਨਾਲ ਪੜ੍ਹਨਾ ਫਿਰ ਤੁਸੀਂ ਇਹਦਾ ਜਿਹੜੇ ਕਿ 1/3 ਕਰਨਾ 1/3 ਦਾ ਮਤਲਬ ਕੀ ਇਕ ਤਾਂ ਹੈ ਹੀ ਬਣਾਉਣਾ ਇਕ ਤਾਂ ਰੂਲੇ ਹੁੰਦਾ ਕਿ ਇਹਨਾਂ ਦੇ ਵਿੱਚ ਪਹਿਲਾਂ ਸ਼ਬਦ ਗਿਣ ਕੇ ਫਿਰ ਉਹਦਾ ਇਕ ਤਿਹਾਈ ਬਣਾਉਣਾ ਜਿਵੇਂ 150 ਸ਼ਬਦ ਹੋਣ ਤਾਂ 50 ਸ਼ਬਦਾਂ ਵਿੱਚ ਲਿਖਣਾ ਜਾਂ ਤੁਸੀਂ ਫਿਰ ਐਵੇਂ ਕਰ ਲੈ ਸਕਦੇ ਹੋ ਵੀ ਉੱਪਰੋਂ ਇੱਕ ਦੋ ਲਾਈਨਾਂ ਲਿਖ ਦਿਓ ਇੱਕ ਵਿਚਾਰੋਂ ਲਿਖ ਦਿਤੀ ਤੇ ਬਾਕੀ ਐਂਡ 'ਚ ਲਿਖਣੀਆ ਇੱਕ ਇੱਕ ਲਾਈਨ ਦੋ ਲਾਈਨ ਐਂਡ 'ਚ ਲਿਖ ਦਿਤਾ ਮਤਲਬ ਕਿ ਇਹਨੂੰ ਆਪਾਂ ਕਹਿ ਸਕਦੇ ਕਿ 6 ਜਾਂ 5-6 ਲਾਈਨਾਂ ਚ ਵੱਧ ਤੋਂ ਵੱਧ ਤੁਹਾਡੇ 6.5 ਦਾ 7 ਲਾਈਨਾਂ ਹੋਣ ਬਸ 5 ਤੋਂ 6 ਲਾਈਨਾਂ ਦੇ ਵਿੱਚ ਤੁਸੀਂ ਇਹਨੂੰ ਸਮ ਅਪ ਕਰਨਾ ਹੁੰਦਾ 5 ਤੋਂ 6 ਲਾਈਨਾਂ ਦੇ ਵਿੱਚ ਠੀਕ ਹੈ ਉਹ ਹੁੰਦੀ ਹੈ ਸੰਖੇਪ ਰਚਨਾ ਇਹਦਾ ਟੁਕਮਾਂਸਰ ਲੇਖ ਨੂੰ ਪੜ੍ਹ ਕੇ ਤੁਹਾਨੂੰ ਪਤਾ ਲੱਜੂਗਾ ਕਿ ਹੈ ਕੀ ਇਸ ਬਾਰੇ ਇਹ ਜਿਵੇਂ ਇਹ ਹੈ ਸਵੇਰੇ ਤੜਕੇ ਉੱਠਣਾ ਠੀਕ ਹੈ ਸਵੇਰੇ ਉੱਠਣਾ ਜਾਂ ਤੜਕੇ ਉੱਠਣ ਵਾਲਾ ਹੈ ਪੈਰਾ ਦਾ ਟੁਕਮਾਂਸਰ ਲੇਖ ਹਾਂਜੀ ਦੋ ਪੰਜਾਂ ਵਾਲੀ ਜਿਹੜੀ ਮੰਗਦੀ ਬਾਲ ਤੁਸੀਂ ਜਿਹੜਾ ਐਡਰੈਸ ਦੇ ਦੇਣਾ ਠੀਕ ਹੈ ਐਡਰੈਸ ਪਹਿਲਾਂ ਤੁਸੀਂ ਆਪਣਾ ਡਰੈਸ ਲਿਖਣਾ ਫਿਰ ਜਿਸ ਨੂੰ ਪੱਤਰ ਲਿਖਣੀ ਆ ਉਹਦਾ ਠੀਕ ਹੈ ਕੰਪਨੀ ਦਾ ਜਿਵੇਂ ਇਥੇ ਨਾਮ ਕੋਈ ਵੀ ਤੁਸੀਂ ਲਿਖ ਸਕਦੇ ਹੋ ਫਿਰ ਵਿਸ਼ਾ ਲਿਖਣਾ ਠੀਕ ਹੈ ਤੇ ਜਿਹੜੇ ਪੱਤਰ ਹਨ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ ਪਰ ਬਸ ਇਹ ਹੈ ਕਿ ਯਾਦ ਰੱਖਣਾ ਕਿ ਸਪੈਲਿੰਗ ਮਿਸਟੇਕ ਨਾ ਹੋਣ ਜੇ ਤੁਸੀਂ ਇਹਨੂੰ ਰੀਡ ਕਰ ਲੈਣਾ ਕਿਉਂਕਿ ਅਗਰ ਫਿਰ ਮੈਂ ਰੀਡ ਕਰੂੰਗੀ ਤਾਂ ਫਿਰ ਵੀਡੀਓ ਕਾਫੀ ਲੰਬੀ ਹੋ ਜਾਊਗੀ ਅਜੇ ਆਪਾਂ ਨੇ ਗ੍ਰਾਮਰ ਪੋਰਸ਼ਨ ਕਰਨਾ ਐਂਡ ਦੇ ਵਿੱਚ ਧੰਨਵਾਦ ਸਹਿਤ ਅਪਜੀ ਦਾ ਵਿਸ਼ਵਾਸ ਪਾਤਰ ਤੇ ਧੰਨਵਾਦ ਸਾਹਿਤ ਨਹੀਂ ਲਿਖਣਾ ਹੈਗਾ ਸਟੂਡੈਂਟਸ ਉਸੇ ਨੂੰ ਕੰਨਾਂ 'ਲੀ ਪਾਉਣਾ ਹੈਗਾ ਸਹਿਤ ਹੁੰਦਾ ਹਾਂਜੀ ਅੱਗੇ ਸ਼ਬਦ ਕੋਸ਼ ਤਰਤੀਬ ਹੋਗੀ ਕੋਈ ਵੀ ਤੁਹਾਨੂੰ ਦੋ ਆਣਗੇ ਉਹਨਾਂ ਚ ਤੁਸੀਂ ਇੱਕ ਕਰਨਾ ਹੋਊਗਾ ਠੀਕ ਹੈ ਇਹਨੂੰ ਧਿਆਨ ਦੇ ਨਾਲ ਕਰਨਾ ਹੁੰਦਾ ਤੁਹਾਨੂੰ ਪਹਿਲਾਂ ਹੂੜਾੜਾ ਯਾਦ ਹੋਣਾ ਚਾਹੀਦਾ ਤੇ ਨਾਲ ਦੇ ਨਾਲ ਤੁਹਾਨੂੰ ਮਾਤਰਾਵਾਂ ਵੀ ਯਾਦ ਹੋਣੇ ਚਾਹੀਦੇ ਨੇ ਹਾਂਜੀ ਵੀ ਇਹ ਦੇਖਣਾ ਹੁੰਦਾ ਕਿ ਸਭ ਤੋਂ ਪਹਿਲਾਂ ਕਿਹੜਾ ਆਊਗਾ ਊੜਾੜੇ ਦੇ ਵਿੱਚੋਂ ਸਪੋਟ ਇਥੇ ਊੜਾੜਾ ਲਿਖਿਆ ਹੋਇਆ ਠੀਕ ਹੈ ਉਹਦੇ ਵਿੱਚੋਂ ਤੁਸੀਂ ਦੇਖਣਾ ਵੀ ਜੇ ਕੋਈ ਐੜੇ ਵਾਲਾ ਸ਼ਬਦ ਪਹਿਲਾਂ ਆ ਰਿਹਾ ਇੱਕ ਸਸੇ ਵਾਲਾ ਪਹਿਲਾਂ ਆ ਰਿਹਾ ਵੀ ਇਹਨੋਂ ਚ ਕਿਹੜਾ ਪਹਿਲਾਂ ਆਊਗਾ ਉਹਦੇ ਅਕੋਰਡਿੰਗ ਕਰਨਾ ਜਿਵੇਂ ਹੁਣ ਇਹ ਚ ਆਪਾਂ ਪਹਿਲੇ ਇਹ ਚ ਦੇਖਦੇ ਆ ਠੀਕ ਹੈ ਇਹਦੇ ਵਿੱਚ ਤੁਸੀਂ ਊੜਾੜਾ ਲਿਖ ਵੀ ਸਕਦੇ ਹੋ ਉਹਦੇ ਨਾਲ ਦੀ ਨਾਲ ਊੜਾੜਾ ਪੜ ਵੀ ਸਕਦੇ ਹੋ ਠੀਕ ਹੈ ਜਿਵੇਂ ਇਹਦੇ ਵਿੱਚੋਂ ਊੜਾ ਐੜਾ ਈੜੀ ਸਸਾ ਹਾਏ ਕੋਈ ਵੀ ਨਹੀਂ ਹੈਗਾ ਕੋਈ ਅੱਖਰ ਕੱਕੇ ਤੇ ਹੈਗਾ ਕੱਕੇ ਵਾਲਾ ਤਾਂ ਉਹਨੂੰ ਤੁਸੀਂ ਇੱਧਰ ਲਿਖ ਲੋਗੇ ਇਹਦੇ ਨਾਲ ਦੀ ਨਾਲ ਟਿਕ ਠੀਕ ਹੈ ਲਿਖ ਲਿਆ ਜਾਂ 1 2 3 ਲਿਖ ਲਿਆ 1 2 3 ਕਰ ਲਿਆ ਕਰੋ ਫਿਰ ਲਿਖ ਲਿਆ ਕਰੋ ਜਿਵੇਂ ਮਰਜ਼ੀ ਫਿਰ ਕੱਕਾ ਤਾਂ ਡਨ ਹੋ ਗਿਆ ਉਸ ਤੋਂ ਬਾਅਦ ਦੇਖੋ ਇਹਦੇ ਵਿੱਚੋਂ ਕਿਹੜਾ ਹੋਊਗਾ ਢੱਡਾ ਪਹਿਲਾਂ ਆਉਂਦਾ ਢੱਡਾ ਜਾਂ ਠੱਠਾ ਜਾਂ ਟੈਂਕਾ ਜਾਂ ਡੱਡਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਊਗਾ ਜਿਹੜੇ ਕੀ ਇਹਦੇ ਵਿੱਚ ਟੈਂਕਾ ਤਾਂ ਆਪਾਂ ਲਿਖ ਲਾਂਗੇ ਟਿਕਣਾ ਠੀਕ ਹੈ ਫਿਰ ਟੈਂਕ ਤੋਂ ਬਾਅਦ ਜਿਹੜਾ ਠੱਠਾ ਆ ਜਾਂਦਾ ਤਾਂ ਆਪਾਂ ਲਿਖਾਂਗੇ ਠਠਿਆਰਾ ਟੈਂਕਾ ਠੱਠਾ ਡੱਡਾ ਫਿਰ ਡੱਡਾ ਆਉਂਦਾ ਹੁਣ ਡੱਡੇ ਵਾਲੇ ਇੱਥੇ ਦੋ ਨੇ ਠੀਕ ਹੈ ਇੱਕ ਡਿਊਟੀ ਇੱਕ ਡੰਗਰ ਠੀਕ ਹੈ ਹੁਣ ਇਹਦੇ ਵਿੱਚੋਂ ਟਿੱਪੀ ਬਾਅਦ ਚੋਂ ਆਉਂਦੀ ਹੈ ਪਹਿਲਾਂ ਕੀ ਆਉਂਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਮੁਕਤਾ ਫਿਰ ਕੰਨਾ ਠੀਕ ਹੈ ਫਿਰ ਕੰਨਾ ਫਿਰ ਸਿਹਾਰੀ ਫਿਰ ਬਿਹਾਰੀ ਫਿਰ ਔਂਕਰ ਤਰੋਂਕਰ ਲਾਮਾ ਦਲਾਮਾ ਹੋੜਾ ਕਨੋੜਾ ਫਿਰ ਬਿੰਦੀ ਟਿੱਪੀ ਹ ਤੱਕ ਮਤਲਬ ਟਿੱਪੀ ਵਾਲਾ ਤਾਂ ਬਾਅਦ ਚੋਂ ਜਾਊਗਾ ਤਾਂ ਇਹਦੇ ਵਿੱਚ ਆਜੂਗਾ ਪਹਿਲਾਂ ਡਿਊਟੀ ਕਿਉਂਕਿ ਇਹਦੇ ਵਿੱਚ ਪਹਿਲਾਂ ਕੀ ਚੱਕੀ ਜਾਊਗੀ ਸਿਹਾਰੀ ਵਾਲਾ ਡਿਊਟੀ ਠੀਕ ਹੈ ਫਿਰ ਡੰਗਰ ਜਿਹੜਾ ਲਾਸਟ ਚ ਰਹਿ ਗਿਆ ਟੀਲਾ ਕਿਵੇਂ ਕਰਨਾ ਹੁਣ ਠੀਕ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਇਧਰੋਂ ਦੇਖਦੇ ਹਾਂ ਹੁਣ ਇਧਰੋਂ ਕਿਵੇਂ ਕਰਨਾ ਇਧਰੋਂ ਵੀ ਆਪਾਂ ਉਮੀ ਦੇਖਾਂਗੇ ਕਿ ਸਭ ਤੋਂ ਪਹਿਲਾਂ ਇਹਨਾਂ ਵਿੱਚ ਕਿਹੜਾ ਆ ਰਿਹਾ ਦੇਖੋ ਪਪਾ ਜੱਜਾ ਝੱਜਾ ਗੱਗਾ ਪਪਾ ਜੱਜਾ ਤੇ ਇਹਨਾਂ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਕਿ ਪਹਿਲਾਂ ਊੜਾ ਅੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਠੀਕ ਹੈ ਗੱਗਾ ਪਹਿਲਾਂ ਆਊਗਾ ਤਾਂ ਗਲਵਕੜੀ ਇਹਨੂੰ ਆਪਾਂ ਪਹਿਲ ਚ ਲਿਖ ਲਾਂਗੇ ਤੇ ਸਰਕਲ ਮਾਰ ਲਓ ਤੁਸੀਂ ਗਲ ਵੱਕੜੀ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਜੱਜ ਜਾਊਗਾ ਹੁਣ ਜੱਜੇ ਵਾਲੇ ਇੱਥੇ ਦੋ ਨੇ ਇੱਕ ਜ਼ਿਲ੍ਹੇਦਾਰ ਆ ਇੱਕ ਹੈਗਾ ਜੱਦੋ ਜਿਹਦ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂਨੇ ਕਿ ਇੱਕ ਮੁਕਤਾ ਕੰਨਾ ਸਿਹਾਰੀ ਉਹ ਤਰਤੀਬ ਪੜਨੀ ਆ ਫਿਰ ਮੁਕਤਾ ਕੰਨਾ ਸਿਹਾਰੀ ਠੀਕ ਆ ਸਿਹਾਰੀ ਪਹਿਲਾਂ ਆਉਂਦਾ ਤਾਦਕ ਤਾਂ ਬਾਅਦ ਚ ਜਾਊਗਾ ਤਾਂ ਪਹਿਲਾਂ ਆਪਾਂ ਸਿਹਾਰੀ ਵਾਲਾ ਲੈ ਲਾਂਗੇ ਜ਼ਿਲ੍ਹੇਦਾਰ ਠੀਕ ਆ ਫੇਰ ਆਪਾਂ ਆਜੂਗਾ ਜੱਦੋ ਜਿਹਦ ਇਹ ਹੋ ਗਿਆ ਇਹ ਹੋ ਗਿਆ ਫਿਰ ਉਸ ਤੋਂ ਬਾਅਦ ਜੱਜਤ ਬਾਅਦ ਪਤਾ ਹੀ ਆਪਾਂ ਨੂੰ ਝੱਜਾਊਗਾ ਝਗੜਾਲੂ 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 ਤੋਂ ਬਾਅਦ ਫਿਰ ਫਿਰ ਇਹਦੇ ਵਿੱਚ ਪੱਪੇ ਵਾਲੇ ਵੀ ਹੁਣ ਦੋ ਨੇ ਤੇ ਪੱਪੇ ਨੂੰ ਸੇਮ ਮਾਤਰਾ ਠੀਕ ਹੈ ਦਲੌਂਕੜ ਇੱਥੇ ਵੀ ਪੱਪੇ ਨੂੰ ਦਲੌਂਕੜਾ ਤੇ ਇੱਥੇ ਵੀ ਪੱਪੇ ਨੂੰ ਦਲੌਂਕੜ ਆ ਠੀਕ ਹੈ ਤਾਂ ਫਿਰ ਦੂਜਾ ਅੱਖਰ ਦੇਖਣਾ ਹੁੰਦਾ ਇੱਥੇ ਛਛਾ ਇੱਥੇ ਜੱਜਾ ਤਾਂ ਪਹਿਲਾਂ ਕਿਹੜਾ ਹੋਊਗਾ ਛਛਾ ਠੀਕ ਹੈ ਜਦੋਂ ਸੇਮ ਅੱਖਰ ਨੂੰ ਮਾਤਰਾ ਹੋਣ ਤਾਂ ਫਿਰ ਦੂਜਾ ਅੱਖਰ ਦੇਖ ਲਈਦਾ ਵੀ ਪਹਿਲਾਂ ਕਿਹੜਾ ਹੋਊਗਾ ਛੱਛਾ ਪਹਿਲਾ ਹੋਗਾ ਹੁਣ ਪੂਛਲ ਪਹਿਲਾ ਆ ਗਿਆ ਫਿਰ ਪੂਜਨਿਕ ਫਿਰ ਕੀ ਆਜੂਗਾ ਪੂਜਨਿਕ ਬੱਸ ਫਿਰ ਇਹਨੂੰ ਲਿਖ ਲੈਣਾ ਠੀਕ ਹੈ ਫਸਟ ਸੈਕੰਡ ਥਰਡ ਫੋਰਥ ਫਿਫਥ ਫਿਰ 6th ਲਾਸਟ ਪੂਜਨਿਕ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਹੋਣਗੇ ਉਹ ਦੇ ਅਕੋਰਡਿੰਗ ਤੁਸੀਂ ਬਣਾਉਣੇ ਹੋਣਗੇ ਹਾਂਜੀ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ ਮੇਰੀ ਇੱਛਾ ਦਾ ਕੀ ਬਣ ਜੂਗਾ ਆਕਾਸ਼ ਕਿਉਂਕਿ ਇਹਨੂੰ ਵਿਸਤ੍ਰਿਕਾ ਬਣਾਉਣਾ ਤਾਂ ਮੇਰੀ ਇੱਛਾ ਦਾ ਕੀ ਬਣ ਜੂਗਾ ਆਕਾਸ਼ ਤਾਂ ਆਕਾਸ਼ ਫਿਰ ਵਿਸਮਿਕ ਚਿੰਨ ਕਾਸ਼ ਮੈਂ ਅਮੀਰ ਹੁੰਦਾ ਮੈਂ ਅਮੀਰ ਹੁੰਦਾ ਕਾਸ਼ ਮੈਂ ਅਮੀਰ ਹੁੰਦਾ ਠੀਕ ਹੈ ਅੱਗੇ ਹੈਗਾ ਪ੍ਰਸ਼ਨਵਾਚਕ ਪ੍ਰਸ਼ਨਵਾਚਕ ਬਣਾਉਣਾ ਆਪਾਂ ਨੇ ਕੋਈ ਸੋਹਣਾ ਜਿਹਾ ਗੀਤ ਸੁਣਾਓ ਤਾਂ ਆਪਾਂ ਲਿਖਾਂਗੇ ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ ਕੀ ਤੁਸੀਂ ਕੋਈ ਸੋਹਣਾ ਜਹਾ ਗੀਤ سناਉਂਗੇ ਪਿੱਛੇ ਪ੍ਰਸ਼ਨਵਾਚਕ ਚਿੰਨ ਠੀਕ ਹੈ ਜੀ ਇਹ ਤੁਹਾਨੂੰ ਸਟੂਡੈਂਟਸ ਪੰਜ ਆਉਣਗੇ ਪੰਜ ਦੇ ਵਿੱਚੋਂ ਤੁਸੀਂ ਕੋਈ ਜਿਹੜੇ ਕਿ ਤੰਨ ਕਰਨੇ ਹੋਣਗੇ ਠੀਕ ਹੈ ਤੇ ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ ਇਹਨੂੰ ਮਿਸ਼ਰਤ ਵਾਕ ਬਣਾਉਣਾ ਤਾਂ ਮਿਸ਼ਰਤ ਵਾਕ ਦੇ ਵਿੱਚ ਸਾਰੇ ਜੱਜੇ ਵਾਲ ਲੱਗ ਜਾਂਦੇ ਹੁੰਦੇ ਨੇ ਠੀਕ ਆ ਜੋਜਕ ਤਾਂ ਆਪਾਂ ਲਿਖਾਂਗੇ ਜਿਹੜੇ ਬੱਚੇ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਠੀਕ ਹੈ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਿਹਾ ਮੰਨਦੇ ਹਨ ਇਹ ਤੁਹਾਡਾ 3 ਅੱਗੇ ਹੈ 4 ਨਾਵਾਚਕ ਬਣਾਉਣਾ ਮਿਹਨਤ ਸਫਲ ਹੋਈ ਇਹਦੇ ਵਿੱਚ ਨਾਵਾਚਕ ਬਣਾਉਣ ਲਈ ਕਿ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਸ਼ਬਦ ਯੂਜ਼ ਕਰਨਾ ਬਟ ਇਸ ਤੋਂ ਪਹਿਲਾਂ ਜਿਹੜਾ ਕਿ ਇਹਦੇ ਵਿੱਚ ਵਿਸ਼ੇਸ਼ਣ ਦਿੱਤਾ ਹੋਊਗਾ ਉਦੋਂ ਆਪੋਜੀਟ ਬਣਾਉਣਾ ਠੀਕ ਹੈ ਜਿਵੇਂ ਸਫਲ ਦਾ ਕੀ ਬਣ ਜੂਗਾ ਅਸਫਲ ਜਾਂ ਵਿਅਰਥ ਠੀਕ ਹੈ ਇੱਕ ਨਹੀਂ ਸ਼ਬਦ ਯੂਜ਼ ਹੋ ਜੂਗਾ ਜੇ ਤੁਸੀਂ ਸਿੱਧਾ ਹੀ ਨਹੀਂ ਵਰਡ ਯੂਜ਼ ਕਰ ਲੋਗੇ ਫਿਰ ਗਲਤ ਹੋ ਜਾਊਗਾ ਤਾਂ ਹੁਣ ਆਪਾਂ ਇਹਨੂੰ ਲਿਖਾਂਗੇ ਮਿਹਨਤ ਸਫਲ ਦਾ ਅਸਫਲ ਵੀ ਲਿਖ ਸਕਦੇ ਹੋ ਜਾਂ ਵਿਅਰਥ ਵੀ ਲਿਖ ਸਕਦੇ ਹੋ ਵਿਅਰਥ ਨਹੀਂ ਗਈ ਠੀਕ ਹੈ ਮਿਹਨਤ ਵਿਅਰਥ ਨਹੀਂ ਗਈ ਜਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਕਿ ਮਿਹਨਤ ਅਸਫਲ ਨਹੀਂ ਹੋਈ अगर है हाहा करम नहीं वाच पहला करम लैके आना ठीक है रो मैं रोटी खा रहा हाँ तो करम की है मैं करता रोटी की है करम है जोड़ा काम किया जा रहा तो आप लिखा रोटी मेथों खाधी जा रही है रोटी मेरे खाधी जा रही है रोटी मे तो खा जा रही है तो यह बन गया ठीक है हाँ जी अगे हैगाडा ਜਿਹੜੇ ਕਿ ਅਖੌਤਾ ਨੇ ਭੱਜਦੇ ਨੂੰ ਵਾਹਣ ਇੱਕੋ ਜਾਇ ਠੀਕ ਹੈ ਜਦੋਂ ਆਪਾਂ ਨੇ ਕਿਸੇ ਨੂੰ ਕਹਿਣਾ ਹੋਵੇ ਜਿੱਧਰ ਮਰਜ਼ੀ ਚੱਲੋ ਉਧਰ ਹੀ ਹੋਊਗਾ ਠੀਕ ਹੈ ਤਾਂ ਭਾਵੇਂ ਕੀ ਦੁਸ਼ਮਣ ਵਿੱਚ ਦੋਹਾਂ ਧਿਰਾਂ ਨੂੰ ਹੀ ਮੁਸੀਬਤਾਂ ਪੈਂਦੀਆਂ ਨੇ ਤੇ ਖੁੱਲਾ ਵੀ ਤੁਸੀਂ ਇਹ ਹੁਣ ਆਪਣੇ ਕੋਲੋਂ ਬਣਾ ਸਕਦੇ ਮੈਂ ਅਰਥ-ਅਰਥ ਦੱਸ ਰਹੀਆਂ ਫਿਰ ਤੁਸੀਂ ਬਣਾਉਣਾ ਸੌਖਾ ਹੋ ਜਾਂਦਾ ਇੱਕ ਦਰ ਬੰਦ 100 ਦਰ ਖੁੱਲਾ ਜਦੋਂ ਇਹ ਕਹਿਣਾ ਹੋਵੇ ਕਿ ਹਮੇਸ਼ਾ ਆਪਾਂ ਨੂੰ ਆਸ਼ਾਵੰਦ ਰਹਿਣਾ ਚਾਹੀਦਾ ਹਮੇਸ਼ਾ ਪੋਜ਼ਿਟਿਵ ਜਿਹੜੇ ਕਿ ਰਹਿਣਾ ਚਾਹੀਦਾ ਤਾਂ ਇਹ ਆਪਾਂ ਕਹਿ ਸਕਦੇ ਹਾਂ ਠੀਕ ਹੈ ਜਿਵੇਂ ਜਦੋਂ ਮੇਰੀ ਪਰਦੇਸ ਦੇ ਵਿੱਚ ਪੜਨ ਗਈ ᱛੀ ਦਾ ਉੱਥੇ ਰਹਿੰਦੇ ਮਾਮੇ ਨੇ ਉਹਦਾ ਖਰਚਾ ਚੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਘਬਰਾ ਗਈ ਤਾਂ ਫਿਰ ਮੈਂ ਉਹਨੂੰ ਹੌਸਲਾ ਦਿੰਦਾ ਹੈਗਾ ਕਿ ਘਬਰਾਉਣਾ ਨਹੀਂ ਇੱਕ ਦਰ ਬੰਦ 100 ਦਰ ਖੁੱਲਾ ਠੀਕ ਹੈ ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾ ਜਦੋਂ ਆਪਾਂ ਕੋਈ ਕੀਮਤੀ ਚੀਜ਼ ਹੈ ਉਹਦੇ ਵੱਲ ਤਾਂ ਬੇਪਰਵਾਹੀ ਵਰਤੀਏ ਪਰ ਜਿਹੜੀ ਕੋਈ ਚੀਜ਼ ਕੀਮਤੀ ਨਹੀਂ ਹੈਗੀ ਠੀਕ ਹੈ ਉਹਦੀ ਕੀਮਤ ਬਹੁਤ ਘੱਟ ਆ ਉਹਨੂੰ ਆਪਾਂ ਸੰਭਾਲ ਕੇ ਰੱਖੀਏ ਤਾਂ ਅਗਲਾ ਹੈਗਾ ਸਾਰਾ ਜਾਂਦਾ ਵੇਖੀ ਅੱਧਾ ਦਈ ਵੰਡ ਤਾਂ ਇਹਦੇ ਵਿੱਚ ਆ ਜੂਗਾ ਜਦੋਂ ਥੋੜਾ ਨੁਕਸਾਨ ਕਰਾ ਕੇ ਬਹੁਤਾ ਧੰਨ ਬਚਾ ਜਾ ਸਕੇ ਤਾਂ ਬਚਾ ਲੈਣਾ ਚਾਹੀਦਾ ਤਾਂ ਆਪਾਂ ਇਹ ਵਰਤਦੇ ਹਾਂ ਇਹ ਦੋ ਦੋ ਅੰਕਾਂ ਦੇ ਆਉਣਗੇ ਸਟੂਡੈਂਟਸ ਤੂੰ ਤੁਸੀਂ ਕੋਈ ਤੰਨ ਕਰਨੇ ਹੋਣਗੇ ਅੱਗੇ ਹੈ ਕੁੱਤਾ ਭੌਂਕੇ ਬੱਦਲ ਗੱਜੇ ਨਾ ਹੋ ਵੱਡੇ ਨਾ ਹੋ ਵਸੇ ਤਾਂ ਇਹਦੇ ਵਿੱਚ ਆ ਜਾਊਗਾ ਇਹਦਾ ਅਰਥ ਜਦੋਂ ਇਹ ਕਹਿਣਾ ਹੋਵੇ ਕਿ ਰੌਲਾ ਪਾਉਣ ਵਾਲੇ ਤਾਂ ਪਾਉਣ ਵਾਲੇ ਤੇ ਕੰਮ ਕੁਝ ਵੀ ਨਾ ਕਰਨ ਵਾਲੇ ਭਾਵ ਕਿ ਜਿਹੜੇ ਰੌਲਾ ਪਾਈ ਜਾਂਦੇ ਨੇ ਕੰਮ ਕੁਝ ਨਾ ਕਰਨ ਤਾਂ ਉਹਨਾਂ ਤੇ ਇਹ ਕਹਾਵਤ ਹੁੰਦੀ ਹੈ ਕੁੱਤਾ ਭੌਂਕੇ ਬੱਦਲ ਗੱਜੇ ਨਾ ਹੋ ਵੱਡੇ ਨਾ ਹੋ ਵਸੇ ਅੱਗੇ ਤੁਹਾਨੂੰ ਕਵਿਤਾ ਭਾਗ ਦੇ ਵਿੱਚੋਂ ਤਿੰਨ ਕਵਿਤਾਵਾਂ ਆਉਣਗੀਆਂ ਸਟੂਡੈਂਟਸ ਤਿੰਨ ਦੇ ਵਿੱਚੋਂ ਤੁਸੀਂ ਕੋਈ ਇੱਕ ਦਾ ਕੇਂਦਰੀ ਭਾਵ ਲਿਖਣਾ ਹੋਊਗਾ ਜਿਵੇਂ ਇਹਦੇ ਵਿੱਚ ਹੈ ਐਵੇਂ ਨਬੂਤਾਂ ਤੇ ਟੁੱਲੀ ਚਾ ਪਾਣੀ ਤਾਜ ਮਹਿਲ ਵਾਰਿਸ਼ਾ ਠੀਕ ਹੈ ਮੈਂ ਤਿੰਨੇ ਤੁਹਾਨੂੰ ਕਰਵਾਉਣੀ ਆ ਤੇ ਪਹਿਲਾਂ ਆਪਾਂ ਕਹਾਣੀ ਦਾ ਸਾਰ ਦੇਖ ਲਈਏ ਆਪਣਾ ਦੇਸ਼ ਕਹਾਣੀ ਹੈ ਘਰ ਜਾ ਆਪਣੀ ਦੋ ਕਹਾਣੀ ਆਉਣਗੇ ਤੁਸੀਂ ਇੱਕ ਦਾ ਸਾਰ ਲਿਖਣਾ ਹੋਊਗਾ ਹਾਂਜੀ ਤਾਜ ਮਹਿਲ ਕਵਿਤਾ ਤੁਸੀਂ ਰੀਡ ਕਰ ਸਕਦੇ ਹੋ ਠੀਕ ਹੈ ਮੈਂ ਜਸਟ ਤੁਹਾਨੂੰ ਸ਼ੋਅ ਕਰੂੰਗੀ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ ਹਾਂਜੀ ਇਹ ਤਾਜ ਮਹਿਲ ਕਵਿਤਾ ਅਗੇ ਵਸਤੂਨਿਸ਼ਟ ਆਪਣੇ ਕੁਐਸਚਨ ਕਰ ਲਈ ਹਾਂਜੀ ਇਹ ਹੈਗੀ ਆ ਐਵੇਂ ਨਾ ਬੁੱਤਾਂ ਤੇ ਡੋਲੀ ਚਾ ਪਾਣੀ ਠੀਕ ਹੈ ਐਵੇਂ ਨਾ ਬੁੱਤਾਂ ਤੇ ਡੋਲੀ ਚਾ ਪਾਣੀ ਚਮ ਚਮ ਰੱਖਣੀ ਹੈ ਠੀਕ ਹੈ ਇਹ ਗਲਤ ਲਿਖਿਆ ਗਿਆ ਸੀ ਐਵੇਂ ਨਾ ਬੁੱਤਾਂ ਤੇ ਡੋਲੀ ਚਾ ਪਾਣੀ ਐਵੇਂ ਨਾ ਬੁੱਤਾਂ ਤੇ ਡੋਲੀ ਚਾ ਪਾਣੀ ਠੀਕ ਹੈ ਕਿ ਸਾਨੂੰ ਪਾਣੀ ਨੂੰ ਵਿਅਰਥ ਨਹੀਂ ਕਰਵਾਉਣਾ ਚਾਹੀਦਾ ਠੀਕ ਹੈ ਵਾਰਿਸ਼ਾ ਕਪਤਾ ਅਮਰਤਾ ਪ੍ਰੀਤਮ ਦੀ ਆ ਤੇ ਅੱਗੇ ਹੈਗਾ ਤੁਹਾਡਾ ਸਾਰ ਅਗਰ ਤੁਸੀਂ ਸਾਰ ਸਮਝ ਕੇ ਕਰਨਾ ਚਾਹੁੰਦੇ ਹੋ ਤਾਂ ਮੈਂ ਜਿਹੜੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਮਤਲਬ ਕਿ ਆਪਾਂ অলਰੈਡੀ ਪਹਿਲਾਂ ਚੈਨਲ ਦੇ ਨੇ ਪਲੇਲਿਸਟ ਬਣੀ ਹੋਈ ਹੈ ਮੈਂ ਉਹ ਪਲੇਲਿਸਟ ਰਿ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਤੁਸੀਂ ਉੱਥੋਂ ਆਪਣਾ ਦੇਖ ਸਕਦੇ ਹੋ ਸਾਰੇ ਕਹਾਣੀ ਨੂੰ ਰੀਡ ਕਰ ਸਕਦੇ ਹੋ ਠੀਕ ਹੈ ਹੁਣ ਇੱਥੇ ਸਮਝਾਉਣ ਚ ਕਾਫੀ ਟਾਈਮ ਲੱਗ ਜਾਊਗਾ ਮੈਂ ਜਸਟ ਤੁਹਾਨੂੰ ਸ਼ੋਅ ਕਰ ਦੰਨੀ ਆ ਆਪਣਾ ਦੇਸ਼ ਕਹਾਣੀ ਲਿਹੇਗੇ ਕਰਜਾ ਆਪਣੇ ਗੁਲਜਾਰ ਸਿੰਘ ਸੰਧੂ ਦੀ ਕਹਾਣੀ ਹੈ ਕਰਜਾ ਆਪਣੇ ਗੁਲਜਾਰ ਸਿੰਘ ਸੰਧੂ ਦੀ ਕਹਾਣੀ ਹੈ ਠੀਕ ਹੈ ਜਿੱਤੋ ਵਾਲੀ ਕਹਾਣੀ ਜਿਸ ਦੇ ਵਿੱਚ ਮੁੱਖ ਪਾਤਰ ਹੁੰਦੇ ਆ ਜਿੱਤੋ ਠੀਕ ਹੈ ਹਾਂਜੀ ਤੇ ਵੀਡੀਓ ਨੂੰ ਸਟੂਡੈਂਟਸ ਵੱਤੋਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਤੁਹਾਡੇ ਹਰ ਇੱਕ ਐਗਜ਼ਾਮ ਤੇ ਆਪਾਂ ਬੈਸਟ ਤਿਆਰੀ ਕਰਵਾਵਾਂਗੇ ਫਾਈਨਲ ਐਗਜ਼ਾਮ ਦੀ ਠੀਕ ਹੈ ਹਾਂਜੀ ਥੈਂਕਸ